ਸਲਾਮ ਵਾਲੇ ਕਮਲਾ ਬਹੁਤ ਰਿਵਾਜ ਹੈ ਯਾਰ, ਥੋੜਾ ਜਿਹਾ ਅਸੀਂ ਬਹੁਤ ਬੁਰਾ, ਕਈ ਲੋਕ ਆ ਕੇ ਕਹਿੰਦੇ ਨੇ ਸਲਾਮ ਵਾਲੇ ਅੱਖਾਂ ਲੈ, ਤੇ ਕਈ ਬੰਦੇ ਹੱਥ ਏਦਾਂ ਮਿਲਾਉਂਦੇ ਉਰੇ ਆ, ਇਹ ਸਲਾਮ ਲੈ ਆ ਦੇਖਣਾ ਹੱਥ ਕਈ ਬੰਦੇ ਕਿੱਦਾਂ ਮਿਲਾਉਂਦੇ ਲੈ। ਬਸ ਇਹ ਸਾਨੂੰ ਬੜਾ ਖਿਆਲ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਮੈਂ ਮੁਸਲਮਾਨਾਂ ਨੂੰ ਦੱਸ ਰਿਹਾ, ਤੁਸੀਂ ਤੇ ਖੈਰ ਚਲੋ ਉੱਧਰ ਬਹਿ ਜਾਓ ਭੈਣ। ਸਭ ਤੋਂ ਪਹਿਲਾਂ ਜਿਹਨੇ ਦੋ ਪਾਰਟੀਆਂ ਆਉਣੀਆਂ ਨੇ ਨਾ, ਜਿਹਨਾਂ ਨੂੰ ਬਹੁਤ ਅੱਗ ਲੱਗੀ ਜੁਗਤਾਂ ਮਾਰਨ ਦੀ, ਹੱਥ ਖੜਾ ਕਰੋ, ਹੱਥ ਖੜੇ ਕਰੋ, ਮੈਂ ਬੁਲਾਉਣਾ। ਯਾਰ ਲੱਗੀ ਕਸਮੇ ਸਾਰੇ ਹੀ ਮਿੱਟੀ ਹੋ ਗਏ, ਉਹ ਮੇਰੇ ਬਹੁਤ ਸਾਰੇ ਹੀ ਮਿੱਟੀ ਹੋ ਗਏ ਭੈਣ। ਦੱਸੋ ਕਿਹੜਾ ਕਿਹੜਾ ਬੰਦਾ ਜੁਗਤ ਮਾਰਦਾ ਜੀ, ਆ ਜਾਓ ਉੱਠ ਕੇ। ਲਓ ਜੀ, ਪਹਿਲੇ ਅਸੀਂ ਆਪਣੀ ਆਡੀਅੰਸ ਨੂੰ ਦੱਸ ਲਈਏ, ਜਿਹੜੇ ਦੇਖ ਰਹੇ ਨੇ ਉਹਨਾਂ ਦੱਸ ਦਈਏ। ਸਰ ਤੁਹਾਡਾ ਨਾਮ? ਮੁਹੰਮਦ ਵਿਕਾਸ। ਮੁਹੰਮਦ ਵਿਕਾਸ ਸਾਹਿਬ, ਪ੍ਰੋਗਰਾਮ 'ਚ ਜਿਹੜੇ ਜਿਹੜੇ ਲੋਕ ਹਾਈਲਾਈਟ ਹੋਏ ਨੇ ਨਾ, ਜਿਸ ਤਰ੍ਹਾਂ ਮੁੰਨਾ ਹੋ ਗਿਆ, ਕੁਛ ਹੋਰ ਲੋਕ ਹੋ ਗਏ, ਉਹ ਸਾਰਿਆਂ ਨੂੰ ਬੁਲਾਇਆ, ਉਹ ਸਾਰੇ ਵੀ ਇੱਥੇ ਆਉਣਗੇ। ਤੁਸੀਂ ਉਹਨਾਂ ਨੂੰ ਜੇ ਤੁਹਾਡੇ 'ਚ ਹਿੰਮਤ ਹੋਈ ਤਾਂ ਜੁਗਤਾ ਮਾਰ ਲੈਣਾ, ਨਹੀਂ ਤਾਂ ਉਹ ਤਾਂ ਮਾਰਨਗੇ ਤੁਹਾਨੂੰ। ਠੀਕ ਹੈ ਸਰ, ਹੁਣ ਤੁਸੀਂ ਮੇਰੇ ਕੋਲ ਸੈਲਫੀ ਲੈਣੀ ਮੇਰੇ ਨਾਲ? ਹਾਂਜੀ। ਓਕੇ, ਮੁੰਨੇ ਮੁੰਨੇ ਮੁੰਨੇ, ਅਰੇ ਉਹ ਮੁੰਨੇ, ਕਲੈਪ ਕਲੈਪ, ਮੁੰਨੇ ਵਾਸਤੇ, ਮੁੰਨੇ ਵਾਸਤੇ ਕਲੈਪ, ਟਾਵੀ ਟਾਵੀ ਜੀ ਕਲੈਪ ਮੁੰਨੇ ਵਾਸਤੇ। ਮੁੰਨੇ ਇੱਧਰ ਆ, ਮੁੰਨੇ ਸਲਾਮ ਕਰ ਸਾਰਿਆਂ ਨੂੰ, ਸਾਰੇ ਭਰਾਵਾਂ ਨੂੰ ਅਸਲਾਮ ਵਾਲੇਕੁਮ। ਉਹਨਾਂ ਜੀ ਭੈਣ ਨੇ ਲੈਣੀ ਹੈ ਸੈਲਫੀ ਮੇਰੇ ਨਾਲ। ਇਹ ਪਹਿਲਾਂ ਉੱਥੋਂ ਸੈਲਫੀ ਲੈ ਕੇ ਆਉਣ। ਭੈਣ ਇੱਧਰ ਆਓ, ਮੋਬਾਈਲ ਕੱਢੋ ਆਪਣਾ, ਚਲੋ ਕਿ ਮੁੰਨੇ ਨੂੰ ਜੁਗਤ ਮਾਰੋ ਸੈਲਫੀ ਲੈਣੀ। ਚੱਲ ਮੁੰਨੇ ਭਾਈ, ਆਪਣੀ ਦਾਦੀ ਨੂੰ ਲੈ ਗਿਆ ਹਸਪਤਾਲ। ਅੱਛਾ, ਡਾਕਟਰ ਕਹਿੰਦਾ ਇਹਦੇ ਟੈਸਟ ਹੋਣੇ, ਕਹਿੰਦਾ ਇਹ ਤਾਂ ਪੜ੍ਹੀ ਨਹੀਂ। ਹੁਣ ਸੈਲਫੀ ਲੈਣੀ ਹੈ ਕਿ ਜੁਗਤਾ ਖਾਣੀ? ਸੈਲਫੀ ਲੈ ਲਵੋ ਸੈਲਫੀ, ਫਿੱਕੀ ਸੈਲਫੀ ਭੈਣ ਲੈਣ ਲੱਗੇ। ਚਲੋ ਇਹ ਆਉਣੀ ਤਾਂ ਨਹੀਂ ਸਹੀ, ਚਲੋ ਅਗਲਾ ਭੈਣ ਨੈਕਸਟ, ਆ ਜਾਓ ਆ ਜਾਓ ਯਾਰ, ਆ ਜਾਓ ਯਾਰ, ਤੁਸੀਂ ਸਾਰੇ ਇੱਦਾਂ ਸ਼ਰੀਫ ਹੋ ਗਏ, ਹੁਣੇ ਤੁਸੀਂ ਸਾਰੇ ਮਰਾਸੀ ਸੀ। ਕੁੰਨੇ ਆ ਜਾ, ਇਹ ਭੈਣ ਮੁੰਡਾ ਜਾਣਦੇ ਨੇ ਤੁਸੀਂ, ਇਹਨੂੰ ਕੋਈ ਅੱਛੀ ਜੀ ਜੁਗਤ ਮਾਰੋ। ਲੱਕ ਤੇ ਦਾਵੜਾ ਰੱਖ ਕੇ ਨਾ ਮੈਨੂੰ ਕੁਛ ਘੁੰਮਾ ਕਹੋ। ਅੱਛਾ ਜੀ, ਕਹਿੰਦਾ ਲੱਕ ਤੇ ਦਾਵੜਾ ਰੱਖ ਕੇ ਕਹਿੰਦਾ ਮੈਨੂੰ ਕੱਛੂ ਕੁਮਾ ਕਹੋ। ਯਾਰ ਬਹੁਤ ਅੱਛੇ। ਹਾਂਜੀ, ਗਿਆਰਾਂ ਭਾਈ ਨੂੰ ਰੋਕ ਕੇ ਕਹਿੰਦਾ ਕੱਢਦੇ ਦੋ ਕੁਛ ਹੈਗਾ, ਉਹਨਾਂ ਨੇ ਕੱਢੀ ਲਾਸ਼ ਇਹਦੇ ਮੋਢੇ ਤੇ ਰੱਖਤੀ। ਵਾਹ 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 ਵਾਹ। ਹਾਂਜੀ, ਇਹਦਾ ਮੂੰਹ ਹੈ ਗਿਆਰਾਂ ਭਾਈ ਨਾਲ ਮਾਈ ਲਮਕੀ ਮਾਈ ਪੁੱਠੇ ਬੂਟ ਪਾ ਕਹਿੰਦਾ ਮੈਨੂੰ ਫਲਜ ਹੋ ਗਿਆ। ਹਾਂ ਡਾਕਟਰ ਨੂੰ ਕਹਿੰਦਾ, ਕਹਿੰਦਾ ਡਾਕਟਰ ਸਾਹਿਬ ਮੈਨੂੰ ਜੁਗਤ ਕੋਈ ਨੀ ਯਾਦ ਆ ਰਹੀ, ਇਹਨੇ ਊਂਡ ਲੈ ਲਿਆ ਤੇ ਪੌੜੀ ਲੱਭਦਾ ਫਿਰ, ਮੈਂ ਖੈਰ ਆ, ਕਹਿੰਦਾ ਉਹਦੇ ਕੰਨ ਚ ਗੱਲ ਕਰਨੀ। ਕਲੈਪ ਕਲੈਪ, ਮੂੰਹ ਇੱਧਰ, ਵਾਹ ਵਾਹ। ਹਾਂ, ਇਹਨਾਂ ਨੇ ਕੁਰਬਾਨੀ ਵਾਸਤੇ ਬੱਕਰੀ ਲੈਣਾ, ਕਸਾਈ ਨੀ ਲੱਭਿਆ, ਕਹਿੰਦਾ ਕਰਨਾ ਏਦਾਂ ਵਾ ਕਿ ਖੂਨ ਨਾ ਨਿਕਲੇ, ਉਹਨੇ ਗਲਾ ਘੁੱਟ ਕੇ ਮਾਰਤਾ। ਯਾਰ ਚਲੋ ਭੈਣ, ਅੱਛਾ ਜੀ ਕੀ, ਕੁਛ ਨੀ ਭੈਣ, ਇਹਨੂੰ ਸੱਪ ਲੜ ਗਿਆ ਭਰਾ, ਕਹਿੰਦਾ ਕਿਹੜਾ ਲੜਿਆ, ਲੁੱਡੋ ਲੈਣ ਦੀ, ਕਹਿੰਦਾ ਆਲਾ ਉਹ ਮਰੋ, ਲੁੱਡੋ ਲੈਣ ਦੀ, ਕਹਿੰਦਾ ਆਲਾ ਖਾਨ ਕੋ ਮਾਰ ਖਾ ਲਈ, ਉਹਦੇ ਕੋਲ ਪੱਖਾ ਲੈਣ ਗਿਆ, ਕਹਿੰਦਾ ਖਾਨ ਸਾਹਿਬ ਪੱਖਾ ਸ਼ਾਰਟ ਤੋਂ ਨੀ ਮਾਰਦਾ, ਕਹਿੰਦਾ ਨਹੀਂ ਆ ਬਈ, ਟਿਪ ਟਿਪ ਕਰਦਾ, ਟਿਪ ਟਿਪ। ਸਦਾਤਾ ਸਦਾਤਾ ਸਰ, ਤੁਸੀਂ ਬਹੁਤ ਅੱਛੇ ਆਪਣੀ ਜਗ੍ਹਾ ਤੇ ਤਸ਼ਰੀਫ, ਭੈਣ ਬੰਦੇ ਬਹੁਤ ਜ਼ਿਆਦਾ ਨੇ ਹਾਲੇ। ਹਾਂਜੀ, ਹੋਰ ਹੋਰ ਭੈਣ, ਹੋਰ ਆ ਜਾਓ ਕੇ ਅੱਗੇ ਆਓ, ਇਹ ਸੈਲਫੀਆਂ ਖਿਚਾਉਣ ਵਾਲੇ ਕਿੱਥੇ ਗਏ ਸਾਰੇ? ਅਰੇ ਆ ਉਰਿਆ ਉਰਿਆ, ਇੰਦਰ ਇੱਕ ਮਿੰਟ, ਭੈਣ ਨੂੰ ਫਟੇ ਆ ਜਾ ਉਰੇ, ਮੁੰਨੇ ਤੂੰ ਬਹਿ, ਭੈਣ ਇਹਦੇ ਨਾਲ ਦੂਜਾ ਬੰਦਾ, ਇਹਦੇ ਨਾਲ ਦੂਜਾ ਬੰਦਾ ਮੁਕਾਬਲੇ ਵਾਸਤੇ, ਭੈਣੇ ਕਿ ਜੁਗਤ ਮੂੰਹ ਦੇਖੋ ਜਿੱਦਾਂ ਜੁਗਤ ਭੁੱਲੀ ਹੁੰਦੀ ਹੈ। ਚਲੋ ਇਹ ਉਹਨਾਂ ਨੇ ਆਪਣਾ ਆਪਣੇ ਥਿੰਕਿੰਗ ਜ਼ਾਹਿਰ ਕੀਤੀ ਹੈ। ਇਹੋ ਜਿਹਾ ਬੰਦਾ ਚੰਡਾ ਖਾ ਕੇ ਦਰਦ ਦਾ ਟੀਕਾ ਲਵਾਉਣ ਤੁਰ ਪਿਆ। ਚੱਲ ਵੀ ਖਿੱਚੋ ਤੇ ਵੋਕੋ, ਚਲੋ 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 ਭੈਣ, ਹੋਰ ਕੋਈ ਭੈਣ ਤੁਸੀਂ ਆਓ,
ਤੁਸੀਂ ਫੈਸਲਾ ਪਾਤੇ ਆ? ਅਲਹਮਦੁਲਿਲਾ ਫੈਸਲਾ ਪਾਤੇ ਨਾ? ਹਾਂਜੀ। ਤੇ ਪਰ ਤੁਸੀਂ ਇਹ ਨੂੰ ਕੋਈ ਚੁੱਕਦੇ ਕਮਾ ਦਿਓ? ਐ ਇੰਜ ਲੱਗ ਰਿਹਾ ਤੁਹਾਡੇ ਨਾਲੋਂ ਚੰਗਾ ਲੱਗ ਰਿਹਾ। ਤੁਸੀਂ ਸਾਡੇ ਦੋਵਾਂ ਨਾਲੋਂ ਬੁਰੇ ਲੱਗ ਰਹੇ। ਹਾਂ ਬਈ ਆ ਗਏ ਬਈ। ਆ ਜਾ ਬਿਸਮਿਲ੍ਲਾ ਮਾਸ਼ਾਅੱਲਾ ਮਾਸ਼ਾਅੱਲਾ। ਆ ਜੁਗਤ ਬਈ ਵਾਹ ਵਾਹ ਚਲੋ ਭੈਣ ਬਸ ਮਿਹਰਬਾਨੀ। ਚਲੋ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਸੈਲਫੀ ਲਓ ਲਓ। ਚਲੋ ਭੈਣ ਤੁਸੀਂ ਜੁਗਤ ਮਾਰੋ। ਭੈਣ ਦਾ ਮੂੰਹ ਦੇਖੋ ਜਿੱਦਾਂ ਮੰਜੀ ਨੂੰ ਫੜੇ ਕਹਿੰਦਾ ਮੈਨੂੰ ਜੇਲ੍ਹ ਹੋ ਗਈ। ਹਾਂਜੀ ਭੈਣ ਸਕੂਲੇ ਗਿਆ ਬੜਾ ਸ਼ੋਅ ਹੋਇਆ। ਟੀਚਰ ਕਹਿੰਦੀ 10 ਫਲਾਂ ਦੇ ਨਾਮ ਦੱਸ। ਕਹਿੰਦਾ ਕੇਲਾ ਅਮਰੂਦ ਅੱਠ ਮਾਲਟੀ। ਸਮਝ ਆਈ ਕਿਸੇ ਨੂੰ? ਕਹਿੰਦਾ ਸਕੂਲੇ ਗਿਆ ਟੀਚਰ ਨੇ ਕਿਹਾ 10 ਫਲਾਂ ਦੇ ਨਾਂ ਦੱਸ। ਕਹਿੰਦਾ ਕੇਲਾ ਮਰੂਦ ਅੱਠ ਮਾਲਟੇ। ਭੈਣ ਦਾ ਮੂੰਹ ਦੇਖ ਕਬਰ ਦੇ ਚੈਪ ਲਾਇਆ। ਚਲੋ ਭੈਣ ਚਲੋ ਬਸ ਮੇਰਾ ਵੀ ਇੰਟਰਵਿਊ ਕਰਾ। ਤੁਹਾਡੀ ਮਿਹਰਬਾਨੀ ਸਰ। ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਜ਼ਹਿਨ ਸਮਝਦਾ ਕਿ ਅੱਜ ਮੈਨੂੰ ਮੇਰਾ ਜ਼ਹਿਨ ਤੇ ਹਲੇ ਪੂਰਾ ਹੋ ਲੈਣ ਦਿੰਦਾ। ਜ਼ਹਿਨ ਸਮਝਦਾ ਆਪਣੇ ਆਪ ਤਕਰੀਬਨ ਸਮਝਦਾ। ਤੂੰ ਜੁਗਤ ਅੱਛੀ ਕਰਦਾ ਜਾਂ ਸਵਾਲ ਦਾ ਜਵਾਬ ਅੱਛਾ ਦੇਗਾ? ਤੈਨੂੰ ਦੋਵਾਂ ਚੋਂ ਕਿਹੜੀ ਕੈਟਾਗਰੀ ਚ ਰੱਖਾਂ ਮੈਂ? ਜੁਗਤ ਵੀ ਮਾਰ ਲੈਣੇ ਸਵਾਲ ਦਾ ਜਵਾਬ। ਚਲੋ ਜਵਾਬ ਆਉਂਦਾ ਹੋਇਆ ਉਹ ਵੀ ਦੇ ਦਾਂਗੇ। ਚਲੋ ਪਹਿਲੇ ਜੁਗਤ ਮਾਰੋ। ਕਿਹਨੂੰ ਮਾਰੇਗਾ ਯਾਰ? ਕੋਈ ਬੰਦਾ ਆਵੇ ਹੋਰ। ਯਾਰ ਇੱਥੇ ਗੁਲਾਮ ਦਸਤਗੀਰ ਸਾਹਿਬ ਨੇ ਕੋਈ ਆਏ? ਗੁਲਾਮ ਦਸਤਗੀਰ ਸਾਹਿਬ ਭੇਜੋ ਭੇਜੋ ਗੁਲਾਮ ਦਸਤਗੀਰ ਸਾਹਿਬ ਨੂੰ। ਮਾਸ਼ਾ ਅੱਲਾ ਆਜੋ ਆਜੋ ਗੁਲਾਮ ਦਸਤਗੀਰ ਸਾਹਿਬ। ਹੁਣ ਤੁਸੀਂ ਇਸ ਬੱਚੇ ਨੂੰ ਕੋਈ ਜੁਗਤ ਮਾਰਨੀ? ਪਹਿਲੇ ਮਰਿਆ ਨੂੰ ਕੀ ਮਾਰਨਾ? ਕਬਰਸਤਾਨ ਚ ਜਾ ਰਹੇ ਹੋ, ਕਬਰ ਉੱਤੇ ਫੁੱਲ ਪਏ, ਮੈਨੂੰ ਵੇਖ ਕੇ ਕਹਿੰਦਾ ਲਿਆਸ ਭਾਈ ਇਹ ਵੀ ਫਸਟ ਆਈ ਆ ਤੁਹਾਡੇ ਨਾਲ? ਲਿਆਸ ਭਾਈ ਅੱਛਾ ਕਿੱਡਾ ਆਪਣੇ ਆਪ ਨੂੰ ਦੇਣੀ ਆਪਣੇ ਆਪ ਉਹ ਜਿਵੇਂ ਸ਼ਾਇਰ ਨੀ ਮਕਤਾ ਰੱਖਦਾ ਆਪਣਾ, ਉਹਨੇ ਕਿਹਾ ਸਾ ਜੁਗਤ ਚ ਆਪਣਾ ਮਕਤਾ ਰੱਖਿਆ। ਲਿਆਸ ਭਾਈ ਇਹ ਵੀ ਫਸਟ ਆਈ ਕਿੱਦਾਂ? ਸੈਲਫੀ ਏਦਾਂ ਨੀ ਹੁੰਦੀ ਜਾਂ ਜੁਗਤ ਖਾਓ ਜਾਂ ਮਾਰੋ ਜਾਂ ਸਵਾਲ ਦਾ ਜਵਾਬ ਦੇ। ਬੁਲਾਓ ਮੌਲਵੀ ਸਾਹਿਬ। ਮੇਰੀ ਬਿਸਤੀ ਨਾ ਕਰਾ, ਤੇਰੀ ਮਿਹਰਬਾਨੀ ਆ। ਰਕਸ਼ੇ ਤੇ ਵਨ ਵੀਲਿੰਗ ਕੀਤੀ ਹੁੰਦੀ। ਚਲੋ ਡਾਕਟਰ ਨੂੰ ਜਾ ਕਹਿੰਦਾ ਮੇਰਾ ਪੇਟ ਖਰਾਬ ਹੋ ਗਿਆ। ਡਾਕਟਰ ਇਹਦੀ ਬਾਂਹ ਫੜ ਕੇ ਕਹਿੰਦਾ ਯਾਰ ਵੇਖ ਤੂੰ ਐ ਕਰ, ਵੱਡੇ ਪਾਵੇ ਛੱਡ ਦੇ, ਬੱਕਰੇ ਦਾ ਗੋਸ਼ਤ ਛੱਡ ਦੇ, ਨਿਹਾਰੀ ਛੱਡ ਦੇ ਤੇ ਆਪਣਾ ਕੋਈ ਵੀ ਕੋਲਡ ਡਰਿੰਕ ਬੋਤਲ ਵਗੈਰਾ ਛੱਡ ਦੇ। ਡਾਕਟਰ ਨੂੰ ਕਹਿੰਦਾ ਤੂੰ ਮੇਰੀ ਬਾਂਹ ਛੱਡ ਦੇ। ਆ ਤੂੰ ਬਾਂਹ ਛੱਡ ਦੇ ਮੇਰੀ। ਸ਼ੋਜ ਗਿਆ ਕਹਿੰਦਾ ਕੌਣ ਸਾ ਡੱਬੇ ਖੋਲੇ, ਕਹਿੰਦਾ ਰੋਟੀ ਵਾਲਾ। ਇਹ ਭੈਣ ਮੁੰਨਾ ਭੈਣ ਫਿਰ ਡਾਕਟਰ ਕੋਲ ਚਲੇ ਗਏ। ਅੱਛਾ ਕਮਜ਼ੋਰੀ ਹੋਈ ਸੀ। ਡਾਕਟਰ ਨੂੰ ਜਾ ਕਹਿੰਦਾ ਮੈਨੂੰ ਕਮਜ਼ੋਰੀ ਹੋ ਗਈ। ਡਾਕਟਰ ਕਹਿੰਦਾ ਤੂੰ ਵੱਡੇ ਪਾਵੇ ਖਾ, ਗੋਸ਼ਤ ਖਾ, ਨਿਹਾਰੀ ਖਾ। ਮਿਸਾਲ ਤੌਰ ਤੇ ਨਾ ਇਹਦੇ ਘਰ ਚਲਾ ਗਿਆ ਆਪਣੇ ਡਾਕਟਰ ਕੋਲ ਉੱਠ ਕੇ। ਇਹਦਾ ਘਰ ਵਾਲੇ ਕਹਿੰਦੇ ਕੀ ਕਹਿੰਦਾ ਡਾਕਟਰ? ਕਹਿੰਦਾ ਉਹਨੇ ਜਵਾਬ ਦੇ ਦਿੱਤਾ, ਹੁਣ ਇਹਨੇ ਪੈਸੇ ਨਹੀਂ ਸੀ ਹੈਗੇ, ਕਿੱਥੋਂ ਵੱਡਾ ਗੋਸ਼ਤ ਖਾਣਾ ਸੀ ਬੱਕਰੇ। ਉਹ ਜਵਾਬ ਤੁਸੀਂ ਮੇਰੇ ਵੱਲੋਂ ਵੀ ਸਮਝੋ। ਚਲੋ ਸੈਲਫੀ ਲਵੋ। ਸ਼ਰਬਤ ਚ ਪੈਂਚਰ ਚੈੱਕ ਕੀਤਾ ਹੁੰਦਾ, ਖੱਟੇ ਚ ਬਾਕਰਖਾਨੀ ਭੋਰੀ ਹੁੰਦੀ, ਖੱਟੇ ਚ ਬਾਕਰਖਾਨੀ ਭੋਰੀ ਹੁੰਦੀ। ਵਾਹ ਵਾਹ। ਆ ਮਿੱਠੀ ਕੜੀ ਹੁੰਦੀ। ਮਿੱਠੀ ਕੜੀ? ਹਾਂਜੀ ਮਿੱਠੀ ਕੜੀ ਹੁੰਦੀ। ਤਿੰਨ ਪਕੌੜਾ ਹੁੰਦਾ, ਮਰੇ ਤੱਕ ਲਓ ਜੀ ਤਿੰਨ ਪਾ ਕਰ ਲਿਆ ਹੁਣ ਭਾਈ, ਹੋਰ ਪਾ ਲਿਆ ਵਿੱਚ। ਠੀਕ ਹੈ। ਆ ਮਿਰਚ ਵਾਲੀ ਬਰਫੀ ਹੁੰਦੀ,
ਉਹ ਯਾਰ ਇੰਜ ਦੀਆਂ ਜੁਗਤਾਂ ਤੇ ਛੱਤੀ ਦਾ ਫਿੱਕਾ ਕੇ ਜਰੇਲਾ ਹੁੰਦਾ ਲੂਣ ਵਾਲੀ ਮਠਿਆਈ ਹੁੰਦੀ ਇੰਜ ਨੀ ਕੋਈ ਜੁਗਤ ਮਾਰ ਅੱਛੀ ਜੁਗਤ ਮਾਰ ਕੋਈ ਦਰਜੀ ਕੋ ਗਿਆ ਦਰਜੀ ਕੋ ਕਹਿੰਦਾ ਮੇਰਾ ਸੂਟ ਆ ਨਾ ਆਲਾ ਜੀ ਸੀ ਉਹਨੇ ਦੋਵੇਂ ਸਲਵਾਰਾਂ ਸੀਂਦੀਆਂ ਇਹਦਾ ਕੀ ਮਤਲਬ ਸੀ ਗਟਰ ਕੋ ਬਹਿ ਕੇ ਰੋਈ ਜਾਵੇ ਮੋਮਬੱਤੀਆਂ ਲਾ ਕੇ ਮੈਂ ਕਿਹਾ ਕੀ ਹੋਇਆ ਕਹਿੰਦਾ ਸਾਲ ਕਿਰਾ ਸੀ ਕੇਕ ਵਿੱਚ ਡਿੱਗੇ ਆ ਜਲੇਬੀਆਂ ਵਾਲਾ ਜਾ ਕੇ ਬੇਹੋਸ਼ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਉਹ ਕੱਢਣ ਦਿਆ ਸੀ ਮੈਨੂੰ ਚੱਕਰ ਆ ਗਏ ਉਹਨੇ ਤੂੰ ਸਾਰੀਆਂ ਪੁਰਾਣੀਆਂ ਜੁਗਤਾਂ ਕੀਤੀਆਂ ਸਾਰਿਆਂ ਨੂੰ ਯਾਦ ਆ ਪਾਣੀ ਕੋਈ ਨਵੀਂ ਗੱਲ ਬਣਾਓ ਨਵੀਂ ਗਾਣੇ ਭਰਾਉਣ ਗਿਆ ਹੈ ਗਾਣੇ ਭਰਾਉਣ ਗਿਆ ਕਹਿੰਦਾ ਮੈਮਰੀ ਕਾਰਡ ਹੈ ਕਹਿੰਦਾ ਨਹੀਂ ਅੱਬੂ ਦਾ ਸ਼ਨਾਖਤੀ ਕਾਰਡ ਹੈ ਇਹਨਾਂ ਘਰ ਚੋਰ ਆ ਗਏ ਕਹਿੰਦੇ ਸੋਨਾ ਕਿੱਥੇ ਕਹਿੰਦੇ ਤੁਸੀਂ ਉੱਤੇ ਸੌ ਜਾਓ ਥੱਲੇ ਸੌ ਜਾਂਦੇ ਉਹ ਮਰੇ ਉਹ ਮੁੰਨੇ ਨੂੰ ਉਹ ਕਰ ਆਪਣੇ ਪਿਓ ਨੂੰ ਕੋਠੇ ਤੋਂ ਟਕਾ ਧੱਕਾ ਦੇ ਕੇ ਕਹਿੰਦਾ ਡਿਊ ਨਾ ਕੀਆ ਤੋਂ ਫਿਰ ਕਿਆ ਜੀਆ ਓਏ ਨੱਕ 'ਚ ਗੱਲ ਦੱਸੀ ਹੁੰਦੀ ਚੱਲ ਅੱਛੀ ਗੱਲ ਸੀ ਚਲੋ ਅੰਗੂਠੇ ਵਾਲਾ ਬੂਟ ਹੁੰਦਾ ਹਾਏ ਓਵਨ 'ਚ ਬੂਟ ਸੁਕਾਏ ਹੁੰਦੇ ਜੇਪ ਵਾਲਾ ਬੂਟ ਹੁੰਦਾ ਉਹ ਹੁੰਦਾ ਚਲੋ ਖੁਸੇ ਜਲੀਮ ਪਾਇਆ ਹੁੰਦਾ ਖੁਸੇ ਜਲੀਮ ਪਾਇਣਾ ਬਸ ਮੇਰਾ ਖਿਆਲ ਹੈ ਬਸ ਹੋ ਗਈ ਹੈਨਾ ਚਲੋ ਭੈਣ ਉਹ ਕਹਿੰਦਾ ਬੋਰ ਕਰ ਰਿਹਾ ਬੋਰ ਨੀ ਕਰਨਾ ਬੇਟਾ ਮੇਥੇ ਮੇਰੇ ਨਿਕਲ ਉਹ ਤੋਂ ਹੋਰ ਈਜ਼ੀ ਲੋਡ ਕਰਾ ਕੇ ਆ ਕਿਤੋਂ ਚਲੋ ਜੀ ਭੈਣ ਐ ਇਮਤਿਹਾਨ ਸਾਹਿਬ ਹਾਂਜੀ ਅੱਛਾ ਕੋਈ ਗੱਲ ਇਹਨਾਂ ਨੂੰ ਕੋਈ ਅੱਛੀ ਹਾਂਜੀ ਜੀ ਬਸ ਟ੍ਰੇਨ ਦੇ ਅਗਲੇ ਡੱਬੇ 'ਚ ਬਹਿ ਕੇ ਕਹਿੰਦਾ ਪਿਛਲੇ ਡੱਬੇ ਵਾਲਿਆਂ ਨੂੰ ਕਹਿੰਦਾ ਅੱਗੇ ਲੰਘੇ ਵਿਖਾ ਹਾਂਜੀ ਉਹਨੇ ਤੈਨੂੰ ਸਪੈਸ਼ਲ ਬੁਲਾਇਆ ਜੰਨਾ 'ਚ ਗੁੱਟ ਖੜੀ ਦੁੱਧ ਅੜੀ ਨਹਿਰ ਨੂੰ ਜਾਗ ਲਾਤੀ ਯਾਰ ਇਹਦਾ ਸਟਾਈਲ ਅੱਛਾ ਜੀ ਹੋਰ ਮੈਂ ਪ੍ਰੋਗਰਾਮ ਕਰ ਰਿਹਾ ਜਿਹੜੇ ਮੇਰੇ ਪ੍ਰੋਗਰਾਮ ਹੈ ਭੈਣ ਨੂੰ ਸ਼ਾਇਦ ਤੁਸੀਂ ਦੇਖਿਆ ਹੋਇਆ ਮੈਂ ਇੱਕ ਚਾਈਨੀਜ਼ ਦੇ ਘਰ ਜਾ ਕੇ ਪ੍ਰੋਗਰਾਮ ਕੀਤਾ ਸੀ ਚਾਈਨੀਜ਼ ਦੇ ਨਾਲ ਉਹ ਇਹ ਇਹਨਾਂ ਦੇ ਉਹ ਤਲਕਤਾਂ ਨੂੰ ਚਾਈਨੀਜ਼ ਆਉਂਦੀ ਹੈ ਇਹਨਾਂ ਨੂੰ ਚਾਈਨੀਜ਼ ਵੀ ਆਉਂਦੀ ਇਹਨਾਂ ਨਾਲ ਆਪਾਂ ਚਾਈਨੀਜ਼ 'ਚ ਗੱਲ ਕਰਦੇ ਹਾਂ ਹਾਂ ਆਪ ਸ਼ੌਂਕ ਆਈਆਂ ਹੋਈਆਂ ਇੰਨੀ ਤਾਂ ਮੈਨੂੰ ਨਹੀਂ ਆਉਂਦੀ ਸ਼ੌਂਕ ਮਾਂ ਕਈ ਹੋਈਆਂ ਹੋਈਆਂ ਅੱਲਾ ਸ਼ਿਫਾ ਦੇਗਾ ਤੁਹਾਨੂੰ ਯਾਰ ਤੂੰ ਸਹੀ ਬੋਲਣਾ ਹੁਣ ਤੈਨੂੰ ਸਮਝ ਨਹੀਂ ਆ ਰਹੀ ਤੇ ਮੇਰਾ ਕਸੂਰ ਆ ਚਾਈਨੀਜ਼ 'ਚ ਮੇਰੇ ਨਾਲ ਗੱਲ ਕਰ ਨੀ ਹਾਂ ਹਾ ਹਾ ਉਹ ਮਰੋ ਲੈ ਕਹਿੰਦਾ ਨੇਹਾ ਨੀ ਤੇ ਲੈਂਸ ਖੰਚੀ ਲਾਏਗਾ ਹਾਊਸ ਆ ਯਾਰ ਉਹ ਚਾਮਾ ਕਹਿੰਦੀ ਉਹ ਚਾਮ ਮੈਂ ਕਿਹਾ ਤੇਰਾ ਮੂੰਹ ਤਾਂ ਬੰਦ ਨੂੰ ਜਵਾਬ ਹੋਇਆ ਹੁੰਦਾ ਇਹ ਤੂੰ ਚੈਨੀ 'ਚ ਕਿਹਾ ਅੱਛਾ ਇਹ ਤੂੰ ਕਿਹਾ ਰਹੀ ਸੀ ਮਤਲਬ ਇਹੀ ਬਣਦਾ ਓਵਰਆਲ ਹਾਂ ਅੱਛਾ ਚਲੋ ਹੋਰ ਕੋਈ ਚਾਈਨੀਜ਼ 'ਚ ਗੱਲ ਕਰਨੀ ਆਪਾਂ ਚੱਲ ਚਾਈਨੀਜ਼ ਕੀ ਜੁਗਤ ਮਾਰਾਂਗੇ ਕੀ ਕੋਈ ਗੱਲ ਕਰਦੇ ਚਾਈਨੀਜ਼ ਜਿਨ ਥਿਆਂ ਥਿਆਂ ਚੇ ਹਾਂ ਹਾਂ ਵਾ ਵਾਹਨ ਕਾ ਸੀ ਅੰਸ਼ ਨੇ ਅੱਛਾ ਤੂੰ ਜੈਨੂਇਨ ਚਾਈਨੀਜ਼ ਬੋਲ ਰਿਹਾ ਓਕੇ ਨਹੀਂ ਨੂੰ ਆਉਂਦੀ ਚਾਈਨੀਜ਼ ਕਿਉਂਕਿ ਮੈਨੂੰ ਲੈ ਗਿਆ ਸੀ ਇਹਨੇ ਇੰਟਰਵਿਊ ਕਰਾਇਆ ਸੀ ਮੈਂ ਇਹਨੂੰ ਦੱਸਦਾ ਸੀ ਉਹ ਉਹਨਾਂ ਨੂੰ ਦੱਸਦਾ ਸੀ ਇਸ ਤੋਂ ਇਹਨੂੰ ਚਾਈਨੀਜ਼ ਆਉਂਦੀ ਜਾਗਾ ਵਾਹ ਹਾਂ ਅੱਛਾ ਚਾਈਨੀਜ਼ ਨੇ ਵੀ ਇਹਨੂੰ ਦੇਖ ਕੇ ਨੇ ਹਰਕਤਾਂ ਕਹਿਤਾ ਆਰ ਯੂ ਮਰਾਸੀ ਕਸਮ ਆ ਉਹਨੇ ਕਿਹਾ ਸੀ ਤੇ ਯੂਟਿਊਬ ਤੇ ਦੇਖੋ ਅਗਰ ਚਾਈਨੀਜ਼ ਦੇ ਜੈਨੂਇਨ ਕਹਿ ਗਏ ਮਰਾਸੀ ਹੈ ਮਰਾਸੀ ਕੀ ਹੁੰਦਾ ਹੈ ਮਰਾਸੀ ਕੋਈ ਮਤਲਬ ਗਲਤ ਗੱਲ ਆ ਦੱਸਦਾ ਸੱਜੀ ਮਰਾਸੀ ਜਿਹੜਾ ਹੈਗਾ ਨਾ ਕੀ ਹੋਈ ਜਾ ਪਿੱਛੇ ਕਿੱਥੇ ਜਾਈ ਜਾਣਾ ਕਿਉਂ ਸੱਜੀ ਦੇਖੋ ਜੇ ਕੋ ਜਿਹੜਾ ਗਰੀਬ ਆ ਉਹ ਮਰਾਸੀ ਆ ਜੇ ਕੋ ਪੈਸੇ ਉਹ ਆਰਟਿਸਟ ਯੈਸ ਇਹ ਵਾਕਈ ਸਹੀ ਗੱਲ ਆ ਸਵੇਰ ਤੋਂ ਸ਼ਾਮ ਤੱਕ ਨਾ ਸ਼ੇਖਾਂ ਦਾ ਬੱਚਾ ਮਲਕਾਂ ਦਾ ਬੱਚਾ ਜੋ ਮਰਜ਼ੀ ਕਰਦਾ ਫਿਰੇ ਅੱਛਾ ਯਾਰ ਕੈਸੀ ਗੱਲ ਆ ਤੁਸੀਂ ਘਰ ਬੈਠੇ ਗਾਣੇ ਸੁਣ ਰਹੇ ਆ ਦੀਦਾਰ ਦੇ ਟੀਵੀ ਤੇ ਨਰਕਸ ਦੇ ਬਹੁਤ ਸੋਹਣੇ ਤੁਸੀਂ ਗਾਣੇ ਸੁਣ ਰਹੇ ਆ ਤੇ ਤੁਸੀਂ ਸ਼ਰੀਫ ਆ ਤੇ ਉਹ ਮਰਾਸੀ ਹੈ ਹਾਏ ਹਾਏ ਹੈ ਨਾ ਤੁਸੀਂ ਤੁਸੀਂ 10,000 ਤੁਸੀਂ 5,000 ਰੁਪਏ ਲੈ ਕੇ ਜਾ ਕੇ ਸਟੇਜ ਤੇ ਅੱਗੇ ਬਹਿ ਕੇ ਗੰਦੀਆਂ ਜੁਗਤਾਂ ਸੁਣ ਕੇ ਬਾਹਰ ਆ ਕੇ ਤੁਸੀਂ ਬੇਬੀ ਸ਼ਰੀਫ ਆ ਤੇ ਉਹ ਮੰਜਰ ਕਹਿ ਹਾਏ ਹਾਏ ਮੈਨੂੰ ਇਸ ਵੰਡ ਤੇ ਨਹੀਂ ਸਮਝ ਆਈ ਅੱਜ ਤੱਕ ਪਰ ਸਿੰਗਰ ਅਗਰ ਕੋਈ ਸਿੰਗਰ ਬਣਿਆ ਉਹਨੂੰ ਸਿੰਗਰ ਬਣਾਉਣ ਵਾਲੇ ਤੇ ਅਸੀਂ ਲੋਕ ਹੁੰਦੇ ਜਿਹੜੇ ਸੁਣਦੇ ਆ ਕਿ ਨਹੀਂ ਕੌਣ ਬਣਾਉਂਦਾ ਉਹਨੂੰ ਸਿੰਗਰ ਅਸੀਂ ਅਗਰ ਉਹਦਾ ਗਾਣਾ ਇੱਕ ਬੰਦਾ ਵੀ ਨਾ ਸੁਣਿਆ ਸਿੰਗਰ ਬਣ ਸਕਦਾ ਅਸੀਂ ਆਪੇ ਉਹਨੂੰ ਸਿੰਗਰ ਬਣਾ ਕੇ ਵੀ ਕਹਿੰਦੇ ਮਰਾਸੀ ਵਾਲਾ ਕੰਮ ਭੈਣ ਮੈਂ ਮਰਾਸੀ ਕੀ ਕਿਹਾ ਤੁਸੀਂ ਆਈ ਲਵ ਯੂ ਮੈਂ ਮਰਾਸੀ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਮਰਾਸੀ ਹੁੰਦਾ ਕੀ ਚਲੋ ਮੈਂ ਜੁੱਤਾ ਨਹੀਂ ਕਰਦਾ ਮੈਂ ਫਾਈਲਰ ਮੈਨੂੰ
ਟੈਕਸ ਪੇ ਕਰਦਾ। ਮੈਂ ਕਹਿ ਰਿਹਾ ਦੱਸੋ ਕਿਹੜਾ ਘਾਟਾ ਹੁੰਦਾ ਇੱਧਰ, ਜਿਹੜਾ ਕਿਹੜਾ ਘਾਟਾ ਹੁੰਦਾ ਜਿਹੜਾ ਤੁਹਾਨੂੰ ਸਾਰੀ ਜ਼ਿੰਦਗੀ ਵੀ ਪੈਂਦਾ ਰਹੇ ਨਾ, ਤੁਹਾਡਾ ਨੁਕਸਾਨ ਕੋਈ ਨਹੀਂ ਦੱਸੋ। ਤੁਹਾਡਾ ਪ੍ਰੋਗਰਾਮ ਕੱਲ ਮੈਂ ਦੇਖਿਆ, ਸ਼ਰਮ ਦਾ ਘਾਟਾ ਕੋਈ ਛੇਤੀ ਵੇਖ ਲੈਣਾ ਤੁਸੀਂ, ਹਾਲੇ ਰਾਤੀ ਦੇ ਅਪਲੋਡ ਹੋਇਆ, ਰਾਤੀ ਮੈਂ ਦੇਖ ਲਿਆ, ਵੇਖਲੇ ਫੈਸਲਾ ਬੰਦੀ ਵੇਖ। ਇਹ ਆਫਿਸ 'ਚ ਬੈਠੇ ਦੇਖਦਾ ਰਹਿੰਦਾ ਤੁਹਾਨੂੰ ਹੀ। ਅੱਛਾ ਜੀ, ਇਹ ਮੇਰੇ ਬੌਸ ਨੇ ਦੇਖ ਲੈਣਾ ਵਾ ਕਿ ਆਫਿਸ 'ਚ ਯੂਟਿਊਬ ਚਲਾਉਂਦੇ। ਉਹ ਕੋਈ ਨਹੀਂ, ਫੈਸਲਾ ਬਾਅਦ ਦੇ ਬੌਸ ਵੀ ਉਦਾਂ ਦੇ ਹੀ ਹੁੰਦੇ ਆ, ਅੱਲਾ ਦੀ ਕਸਮ। ਮੁਲਾਜ਼ਮ ਜੁਗਤ ਮਾਰ ਰਿਹਾ ਤਾਂ ਬੰਦੇ ਨੂੰ ਉਹਦੀ 50 ਅਰਬ ਰੁਪਏ ਦੀ ਫੈਕਟਰੀ ਹੁੰਦੀ ਹੈ ਅਤੇ ਉਹਨੂੰ 13,000 ਵਾਲਾ ਮੁਲਾਜ਼ਮ ਵੀ ਜੁਗਤ ਮਾਰ ਦਿੰਦਾ। ਚਲੋ ਭੈਣ ਮੁਲਾਜ਼ਮ, ਤੂੰ ਇੰਨੀ ਲੇਟ ਆਇਆ ਕਿਉਂ ਜੀ? ਤੁਸੀਂ ਨਾਸ਼ਤਾ ਮੰਗਾਉਣਾ ਸਵੇਰੇ ਸਵੇਰੇ ਮੇਰੇ ਕੋਲ? ਚਲੋ ਜੀ, ਆਈਆਂ ਮੈਂ ਖੁਸ਼ ਹੋਈ ਹਾਂ, ਦਾਦਾ ਤੋਂ ਲੱਖ ਦੀਆਂ ਤਾਰਾਂ ਲੱਖ ਦੀਆਂ ਦਾਦਾ ਦੋ ਫੈਂਟਮ ਹੋਈਆਂ ਆ। ਚਾਈਨੀਜ਼ ਚ ਵੀ ਇੰਜ ਹੀ ਕਹੀਦਾ ਵੈਸੇ। ਤੂੰ ਮੈਂ ਤੈਨੂੰ ਮੇਰੀ ਚਾਈਨੀਜ਼ ਤੈਨੂੰ ਸਮਝ ਨਹੀਂ ਆਉਣੀ ਬੇਟੇ। ਚਲੋ ਜੀ, ਕੋਈ ਬੰਦਾ ਆਵੇ ਭੈਣ ਇਹਨੂੰ ਜੁਗਤ। ਅੱਛਾ, ਤੇਰੇ ਜਿੱਦਾਂ ਤੂੰ ਖੂਬਸੂਰਤ ਆ ਨਾ, ਬੰਦਾ ਐਕਸੈਪਟ ਨਹੀਂ ਕਰ ਸਕਦਾ ਕਿ ਤੂੰ ਵੀ ਕੋਈ ਜੁਗਤ ਕਰਦਾ ਹੋਏਗਾ, ਹੈ ਨਾ? ਸਟੇਸ਼ਨ ਤੇ ਗਿਆ, ਮੈਂ ਸਮਝਿਆ ਸ਼ਾਇਦ ਉਧਰੋਂ ਆ ਕੇ ਨੇ ਕਹਿਣਾ ਸਰ ਮੇਰੇ ਦਾਦਾ ਬਾਪੂ ਫੌਤ ਹੋ ਗਏ ਆ, ਬੰਦੇ ਇਕੱਠੇ ਹੋਏ, ਉਹਨਾਂ ਕੋ ਦੁਆ ਹੀ ਕਰਵਾ ਦੇ ਜ਼ਰਾ ਪਲੀਜ਼। ਸਟੇਸ਼ਨ ਤੇ ਗਿਆ, ਉੱਥੇ ਲਿਖਿਆ ਜੀ ਨਾਨ ਸਟਾਪ, ਕਹਿੰਦਾ 4 ਨਾਨ ਲਾ ਦਿਓ। ਨਹੀਂ, ਮੈਂ ਉਹਨੂੰ ਕਿਹਾ ਨਾਨ, ਉਹ ਲਾਉਣ ਲੱਗਾ, ਮੈਂ ਕਿਹਾ ਸਟਾਪ, ਐਦਾਂ ਗੱਲ ਕਰ ਭੈਣ। ਹੋਰ ਕੋਈ? ਲਓ ਜੀ, ਸਵਾਲ ਜਵਾਬ ਸਾਰੇ ਤਰ੍ਹਾਂ। ਅੱਛਾ ਸਰ, ਇਹ ਦੱਸੋ ਕਿਹੜੀ ਐਸੀ ਸਜ਼ਾ ਵਾ, ਜੁਰਮ ਆ ਜਿਹੜਾ ਤੁਸੀਂ ਕਰਨ ਲੱਗਿਆ ਫੜੇ ਜਾਓ ਨਾ, ਤੁਹਾਨੂੰ ਫੜਨ ਵਿੱਚ ਚੋਰੀ ਹੋਈ ਜਾਂ ਡਕੈਤੀ ਜਾਂ ਕੋਈ ਐਸੀ ਮੋਟਰਸਾਈਕਲ ਚੁੱਕਣ ਲੱਗੇ ਤੁਸੀਂ ਫੜੇ ਗਏ, ਇਸ ਤਰ੍ਹਾਂ ਦਾ ਕੋਈ ਹੋਰ ਜੁਰਮ ਹੈ ਇਹਨਾਂ 'ਚੋਂ ਨਹੀਂ, ਤੁਸੀਂ ਕਰਨ ਲੱਗੇ ਤਾਂ ਫੜੇ ਗਏ, ਤੁਹਾਨੂੰ ਸਜ਼ਾ ਹੋ ਜਾਣੀ। ਅਗਰ ਤੁਸੀਂ ਉਹ ਕਰ ਲਿਆ ਤਾਂ ਤੁਹਾਨੂੰ ਤੁਹਾਡੇ 'ਤੇ ਕੋਈ ਸਜ਼ਾ ਨਹੀਂ, ਤੁਸੀਂ ਬਰੀ ਹੈ, ਦੱਸੋ ਕਿਹੜਾ ਜੁਰਮ ਹੈ ਸਰ? ਤਾਂ ਜੀ, ਜੇ ਤਾਂ ਤੁਹਾਡੇ ਕੋਲ ਪੈਸਾ ਨਾ, ਤੁਸੀਂ ਕਤਲ ਵੀ ਕਰ ਦਿਓ ਤਾਂ ਬਰੀ ਹੈ। ਬੇਟਾ ਐਡਾ ਮੂੰਹ ਤਾਂ ਮੋਹ ਤਬਰ ਹੋ ਕੇ ਨਾ ਜਵਾਬ ਦੇ ਲੈ, ਨਾਲ ਹੀ ਅਸਰਤੂ ਬਣ, ਅਰਸਤੂ ਹੁੰਦਾ ਕਿ ਅਸਰਤੂ ਹੁੰਦਾ ਜਵਾਬ ਲੈ ਦੇ। ਇਹਦਾ ਜਵਾਬ ਬੜਾ ਸਿੰਪਲ ਜਿਹਾ ਹੈ, ਰਨ ਮਰੀਦ ਦੀ। ਹਾਂਜੀ, ਰਨ ਮਰੀਦ ਦੀ, ਰਨ ਮਰੀਦ ਦੀ ਤੇ ਬਹੁਤ ਵੱਡਾ। ਅੱਛਾ, ਤੁਸੀਂ ਉੱਥੋਂ ਆਪ ਉੱਠੇ ਜਾਂ ਪਿੱਛੋਂ ਠੁੱਡ ਵੱਜਾ ਤੁਹਾਨੂੰ? ਯਕੀਨ ਮੰਨੋ, ਇਹ ਉਹ ਵੱਡਾ ਜੁਰਮ ਆ, ਤੁਸੀਂ ਕਰ ਲਓ, ਫੜੇ ਨਹੀਂ ਜਾਂਦੇ, ਸਜ਼ਾ ਨਹੀਂ। ਨਹੀਂ ਸਾਰੇ, ਇਹਦਾ ਜਵਾਬ ਗਲਤ ਆ, ਦੱਸੋ ਕਿਹੜੀ ਸਵਾਰੀ ਆ ਉਸਾ ਜੋ ਮੈਂ ਦੱਸਦਾ, ਦੱਸੋ ਭੈਣ ਜਵਾਬ। ਕੋਈ ਹੈ ਬੰਦਾ ਹੱਥ ਖੜਾ ਕਰੇ ਜਿਹਨੂੰ ਜਵਾਬ ਆਉਂਦਾ ਹੋਵੇ? ਉਰੇ ਆਓ ਭੈਣ, ਆਉਂਦਾ ਜਵਾਬ ਤੁਹਾਨੂੰ? ਮੇਰਾ ਖਿਆਲ, ਮੇਰੇ ਕੰਨ ਚ ਦੱਸੋ ਬਈ। ਹਾਂਜੀ, ਟ੍ਰਿਪਲ ਸਵਾਰੀ। ਸ਼ੁਕਰ ਹੈ ਤੂੰ ਅੱਗੇ ਸਵਾਰੀ ਕਹਿਤਾ, ਉੱਥੇ ਬਹਿ ਜਾ, ਬਹਿ ਜਾ। ਚਲੋ ਜੀ, ਕੋਈ ਬੰਦਾ ਆਵੇ ਭੈਣ ਇਹਨੂੰ ਜੁਗ। ਵਾਹ ਵਾਹ ਵਾਹ। ਅੱਛਾ, ਕੁਛ ਲੋਕ ਹੁੰਦੇ ਨੇ ਭੈਣ, ਸਿਆਣੇ ਆਦਮੀ ਨੇ, ਦੇਖੋ ਉਹਨਾਂ ਦਾ ਤੁਸੀਂ ਰਿਸਪੈਕਟ ਚੈੱਕ ਕਰੋ, ਮਾਸ਼ਾਲਾ। ਅੱਛਾ, ਕੁਛ ਲੋਕ ਹੁੰਦੇ ਨੇ ਉਹਨਾਂ ਦਾ ਰੰਗ ਵੀ ਸਾਂਵਲਾ ਹੁੰਦਾ ਜਾਂ ਕਾਲਾ ਹੁੰਦਾ, ਨਕਸ਼ਲੈਨ ਵੀ ਠੀਕ ਹੁੰਦੇ, ਲੇਕਿਨ ਇੰਨੇ ਅੱਛੇ ਹੁੰਦੇ ਨੇ ਕਿ ਉਹਨਾਂ ਦੇ ਚਿਹਰੇ 'ਤੇ ਫਿਰ ਵੀ ਪਿਆਰ ਆ ਰਿਹਾ ਹੁੰਦਾ। ਵਾਹ ਵਾਹ, ਤੁਹਾਡੇ ਕਿਉਂ ਨਹੀਂ ਆ ਰਿਹਾ? ਨਹੀਂ, ਮੈਂ ਮਜ਼ਾਕ ਕੀਤਾ ਯਾਰ। ਕਿਹੜੀ ਐਸੀ ਚੀਜ਼ ਆ ਜਿਹਨੂੰ ਜਿੰਨਾ ਸਾਫ਼ ਕਰੀ ਜਾਓ ਉਨੀ ਕਾਲੀ ਹੋਈ ਜਾਂਦੀ? ਤਵਾ ਮੇਰੇ ਖਿਆਲ। ਨੋ, ਬਲੈਕ ਬੋਰਡ। ਕੋਈ ਗੱਲ ਹੈ, ਬਲੈਕ ਬੋਰਡ ਵੀ ਤਵਾ ਵੀ ਜਿੰਨਾ ਮਰਜ਼ੀ ਸਾਫ਼ ਕਰੋ ਉੱਦਾਂ ਦਾ ਹੀ ਰਹਿੰਦਾ। ਨਹੀਂ ਨਹੀਂ ਨਹੀਂ, ਉੱਦਾਂ ਦਾ ਹੀ ਰਹਿੰਦਾ, ਮੈਂ ਕਹਿੰਦਾ ਹੋਰ ਕਾਲੀ ਹੋਈ ਜਾਂਦੀ। ਦੇਖੋ, ਬਲੈਕ ਬੋਰਡ ਵਾਈਟ ਹੋ ਜਾਂਦਾ ਨਾ ਲਿਖ ਲਿਖ ਕੇ, ਉਹਨੂੰ ਜਿੰਨਾ ਸਾਫ਼ ਕਰੀ ਜਾਓ ਉਨਾ ਹੀ ਬਲੈਕ ਹੋ ਜਾਂਦਾ ਉਹ ਫਿਰ। ਸਹੀ। ਅੱਛਾ, ਕੋਈ ਜੁਗਤ ਮਾਰੋ। ਬਾਂਦਰ ਕੋਲ ਲੱਤ ਖਾ ਲਈ ਭਾਣ ਉਹਨਾਂ ਨੇ, ਉਹਨਾਂ ਦੇ ਕੰਨ 'ਚ ਗਿਆ ਬੁੱਲੜੀ, ਉਹਨੇ ਮਾਰੀ ਲੱਤ। ਨਹੀਂ, ਇਹ ਤਾਂ ਚਲੋ ਵਾਕਿਆ ਹੋ ਗਿਆ ਨਾ, ਕੋਈ ਕੋਈ ਨਵੀਂ ਜੁਗਤ ਮਾਰ ਬਈ। ਵੱਡੇ ਬਾਰ ਦਾ ਖੁਸਰਾ ਹੁੰਦਾ ਜੀ, ਵੱਡੇ ਬਾਰ ਦਾ। ਇਹ ਚੇਖਾਂ ਨੂੰ ਸਮਝ ਆਉਣੀ, ਸਿਰਫ ਕੱਪੜੇ ਵਾਲਿਆਂ ਨੂੰ। ਪੌਣੇ ਦੋ ਗਜ਼ ਬਾਹਰ ਨਹੀਂ ਹੁੰਦਾ, 80-80 ਦਾ ਪੌਣੇ ਦੋ ਗਜ਼ ਬਾਹਰ। ਸੈਲਫੀ ਸੈਲਫੀ ਵਾਲੀ ਕੋਈ ਹਰਕਤ ਤੇ ਕਰੋ ਨਾ, ਸੈਲਫੀ ਵਾਲੀ ਜੁਗਤ ਮਾਰੋ ਨਾ ਭੈਣ। ਮੁੰਨੇ ਉਹ ਮਰੇ ਉਰੇ ਆ, ਇੱਧਰ ਆ, ਹੋ ਗਾ ਮੈਂ ਸ਼ਾਹੀਆਂ ਹੋ ਜਾ। ਹਾਂ ਮੁੰਨੇ, ਚਾਮ ਲੈ, ਚਾਮ ਖੂਹ 'ਚ ਬਾਲਟੀ ਸਿੱਟ ਕੇ ਖੁਸਰਾ ਕੱਢਿਆ ਹੁੰਦਾ, ਖੂਹ 'ਚ ਬਾਲਟੀ ਸਿੱਟ ਕੇ ਖੁਸਰਾ ਕੱਢਿਆ ਹੁੰਦਾ, ਕਹਿੰਦਾ ਪਰੇਸ਼ਾਨ ਜੁਗਾ ਤਾਂ ਆ। ਕੋਈ ਮੁੰਨੇ ਕੀ ਹੋ ਗਿਆ? ਕਈ ਨਾ ਚੌਲ ਵੰਡੇ ਹੁੰਦੇ, ਕਈ ਨਾ ਗਟਰ ਦੇ, ਇੱਕ ਗਟਰ 'ਚੋਂ ਵੜ ਕੇ ਦੂਏ ਗਟਰ 'ਚੋਂ ਨਿਕਲ ਕੇ ਕਹਿੰਦਾ ਮੇਰੀ ਸਟੇਜ ਪਾਰ ਹੋ ਗਈ। ਸੈਲਫੀ ਸੈਲਫੀ, ਇੱਕ ਗਟਰ 'ਚੋਂ ਵੜ ਕੇ ਦੂਜੇ 'ਚੋਂ ਨਿਕਲ ਕੇ ਕਹਿੰਦਾ ਮੇਰੀ ਪਹਿਲੀ ਸਟੇਜ ਪਾਰ ਹੋ ਗਈ। ਇਹ ਵੀ ਗਟਰ 'ਚ ਡਿੱਗਿਆ, ਮੈਂ ਕਿਹਾ ਆਇਓ ਤੈਨੂੰ ਕੱਢਾਂ, ਕਹਿੰਦਾ ਨਹੀਂ ਮੁਝੇ ਮਸਤ ਮਾਹੌਲ ਮੇਂ ਜੀਨੇ ਦੇ।
ਫਰਹਾਨ ਭਾਈ ਤੁਸੀਂ ਕੀ ਸੋਚ ਕੇ ਇੱਧਰ ਆਏ ਆ? ਧੱਕਾ ਪਿੱਛੋਂ ਆਇਆ। ਪਿੱਛੋਂ ਧੱਕਾ ਬੱਚਾ ਤੇ ਤੁਸੀਂ ਇੱਥੇ ਆ ਗਏ? ਆ ਗਏ। ਹੁਣ ਮੈਂ ਧੱਕਾ ਦਿਆਂ ਜਾਂ ਕੋਈ ਗੱਲ ਕਰਨੀ? ਕਰ ਲੈਂਦੇ ਸਰ ਜੀ। ਅੱਛਾ ਦੱਸੋ ਇੱਕ ਗੱਲ, ਇੱਕ ਬੰਦਾ ਤੁਹਾਡੇ ਤੋਂ ਦੂਰ ਖੜਾ, ਲਓ ਜੀ ਸਵਾਲ ਸੁਣ ਲਓ ਭੈਣ। ਸਰ ਤੁਸੀਂ ਇੱਕ ਬੰਦੇ ਨੂੰ ਦੂਰ ਖੜੇ ਨੂੰ ਕਿਹਾ ਕਿ ਉਰੇ ਆ, ਉਹ ਆ ਗਿਆ, ਤੁਸੀਂ ਉਹਨੂੰ ਫੇਰ ਕਿਹਾ ਉਰੇ ਆ, ਉਹ ਵਾਪਸ ਚਲਾ ਗਿਆ ਆਪਣੀ ਜਗ੍ਹਾ ਤੇ, ਕਿੱਦਾਂ ਹੋਇਆ? ਨਹੀਂ ਸਰ ਪਤਾ ਨਹੀਂ ਸਮੇਂ ਲੱਗੀ। ਸਰ ਉਹਨੇ ਪਹਿਲੇ ਕਿਹਾ ਉਰੇ ਆ, ਉਹ ਆ ਗਿਆ, ਮੁੜ ਕੇ ਆਪ ਉਹਦੀ ਜਗ੍ਹਾ ਤੇ ਖਲੋ ਕੇ ਉਹਨੇ ਫੇਰ ਕਿਹਾ ਉਰੇ ਆਓ, ਫੇਰ ਵਾਪਸ ਚਲਾ ਗਿਆ। ਹੁਣ ਮੈਂ ਧੱਕਾ ਦਿਆਂ ਜਾਂ ਤੁਸੀਂ ਆਪ ਹੀ ਚਲੇ ਜਾਓਗੇ? ਮਰਜ਼ੀ ਹੈ ਸਰ। ਬਹੁਤ ਸ਼ੁਕਰੀਆ ਸਰ। ਨਹੀਂ ਆ ਯਾਰ, ਐਵੇਂ ਹਰ ਬੰਦੇ ਨੂੰ ਨੀ ਮਜ਼ਾਕ ਕਰੀ ਜਾਂਦਾ। ਸੈਲਫੀ, ਚਲੋ ਜੀ। ਹੈਲੋ ਆ ਨਵੇਂ ਆਉਣ ਵਾਲੇ, ਆ ਜਾਓ। ਝਾੜੂ ਕਿੱਥੇ ਤੇਰਾ? ਬਿਸਮਿਲ੍ਲਾ ਸਰ। ਸਰ ਕੀ ਹਾਲ ਚਾਲ ਹੈ? ਠੀਕ ਠਾਕ ਹੈ ਸਰ। ਇਹਦਾ ਮੂੰਹ ਕਿਸ ਤਰ੍ਹਾਂ ਦਾ ਮਿੰਦਰਾ? ਟੰਗੇ ਫਿਫਰੇ ਵਰਗਾ ਮੂੰਹ। ਟੰਗੇ ਫਿਫਰੇ ਵਰਗਾ, ਉਹ ਬਾਹਰ ਹੀ ਟੰਗੇ ਉਹਨਾਂ ਨੇ। ਅੱਛਾ, ਤੁਸੀਂ ਸਾਲਗਿਰਾ ਆ ਗਈ ਤੇ ਛੁਰੀ ਨੀ ਲੱਭੀ, ਉੱਤੋਂ ਦੀ ਕੇਕ ਦੇ ਸਾਈਕਲ ਲੰਘਾਉਂਦੇ ਆ। ਸਟੇਸ਼ਨ ਤੇ ਇੱਕ ਮਾਈ ਨੇ ਉਲਟੀ ਕੀਤੀ, ਇਹਨੇ ਉਂਗਲ ਨਾਲ ਦਿਲ ਬਣਾਤਾ ਵਿੱਚ। ਬੜਾ ਮੋਟਰਵੇ ਤੇ ਊਂਠ ਨਸਾਏ ਹੁੰਦੇ ਭਾਈ। ਏਅਰਪੋਰਟ ਤੇ ਰੇਡ ਰੇਡ ਕੇ ਮੰਗਦਾ ਵੀ ਉੱਥੇ ਉੱਡਣ ਵਾਲੀਆਂ ਚੀਜ਼ਾਂ ਰੇਡ ਰੇਡ ਕੇ ਮੰਗਣ ਦੇ ਭਾਈ। ਬੈਰੀ ਜਹਾਜ਼ ਤੇ ਜੁਗਤਾਂ ਕਰਨੀਆਂ, ਬੈਰੀ ਜਹਾਜ਼ ਤੋਂ ਬਾਹਰ ਨਹੀਂ ਜਾਣਾ। ਬੈਰੀ ਜਹਾਜ਼ ਚ ਬਹਿ ਗਿਆ, ਕਿਸੇ ਗੱਲ ਤੋਂ ਕੈਪਟਨ ਨਾਲ ਲੜਾਈ ਹੋ ਗਈ ਤੇ ਆਪਣੀ ਟੂਬ ਨਾਲ ਵਿੱਚ ਛਾਲ ਮਾਰਤੀ, ਕਹਿੰਦਾ ਜਾਓ ਤੁਸੀਂ ਮੈਂ ਚੱਲ ਜਾਂਦਾ। ਆਪਣੀ ਟੂਬ ਨਾਲ ਛਾਲ ਮਾਰ, ਕਹਿੰਦਾ ਤੁਸੀਂ ਸਾਨੂੰ ਨਹੀਂ ਬੁਲਾਉਣਾ, ਤੁਹਾਨੂੰ ਨਹੀਂ ਬੁਲਾਉਣਾ। ਇਹ ਵੀ ਨਹਿਰ ਚ ਡੁੱਬਣ ਦਿਆ, ਮੈਂ ਕਿਹਾ ਕੁਛ ਖਾ ਲਾ, ਕਹਿੰਦਾ ਗੋਤੇ ਖਾਣ ਤੇ ਦਿਆਂ ਆ। ਆ ਭਾਈ ਨੂੰ ਜਿੰਨ ਚੰਬਰ ਕੇ ਤੇ ਜਿੰਨ ਬਾਬੇ ਨੂੰ ਜਾ ਕਹਿੰਦੇ ਬਾਬਾ ਜੀ ਸਾਨੂੰ ਕੱਢ ਲਓ, ਇਹ ਤੇ ਕੁਛ ਖਾਂਦਾ ਵੀ ਨਹੀਂ। ਆ ਭਾਈ ਨੂੰ ਵੀ ਜਿੰਨ ਚਿਮੜ ਗਏ ਤੇ ਇੰਨਾ ਪਤਲਾ, ਇਹਦੇ ਤੋਂ ਬਾਹਰ ਆਏ ਮਾੜੇ ਮਾੜੇ। ਯਾਰ ਅੱਛੀ ਗੱਲ ਆ ਮੁੰਡੇ, ਕਿੰਨਾ ਇੰਨਾ ਪਤਲਾ ਨੂੰ ਜਿੰਨ ਜਿੰਨ ਚਿਮੜ ਕੇ ਤੇ ਅੰਦਰੋਂ ਬਾਹਰ ਆਏ ਥੋੜੇ ਥੋੜੇ। ਵਾਹ 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 ਯਾਰ, ਗੁੱਡ। ਹਾਂਜੀ ਆ ਭਾਈ ਜਾਮਿਆ ਸੈਲਫੀ ਆ ਤੇ ਬਾਹਰ ਸੈਲਫੀਆਂ ਲਿਆਂਦੇ ਆ। ਇੱਕ ਬੰਦਾ ਆਣ ਕਹਿੰਦਾ ਇਹ ਕਰਨ ਆ, ਕਹਿੰਦਾ ਆਪ ਹੀ ਲਿਖਿਆ ਜਾਮਿਆ ਸੈਲਫੀ ਆ। ਇਹਨੂੰ ਦਹਿਸ਼ਤਗਰਦਾਂ ਨੇ ਬੰਬ ਵਾਲੀ ਜੈਕਟ ਦਿੱਤੀ ਤੇ ਸ਼ਹਿਰੋਂ ਫਿਟਿੰਗ ਕਰਾਉਂਦੇ ਆ ਉਹਦੀ। ਇਹਨੂੰ ਵੀ ਡੈਵੋ ਵਾਲਿਆਂ ਨੇ ਪਾਇਆ ਨਹੀਂ ਤੇ ਉਹਦੇ ਟਾਇਰਾਂ ਤੇ ਡੰਡੀਆਂ ਵਧਣ ਡਿਆ। ਹਾਂਜੀ ਹਾਂਜੀ ਹਾਂਜੀ, ਅੱਗੇ ਇਹਨਾਂ ਨੇ ਘਰ ਚੀਜ਼ ਵੰਡੀ ਤੇ ਲਾਰੀ ਅੱਡੇ ਹਾਕਰ ਬੁਲਾ ਕੇ ਲੈ ਗਏ ਬਾਜ਼ਾਂ ਲਾਣ ਲਈ। ਹਾਂਜੀ ਹੁਣ ਬਸ ਭੈਣਾਂ ਕਿਸੇ ਹੋਰ ਨੂੰ ਮੌਕਾ ਦਈਏ ਯਾਰ। ਯਾਰ ਇਹਨਾਂ ਲਈ ਕਲੈਪ ਕਰੋ, ਬਹੁਤ ਅੱਛਾ, ਅੱਜ ਦਾ ਸਭ ਤੋਂ ਅੱਛਾ ਸੀਜ਼ਨ ਇਹਨਾਂ ਦੋਵਾਂ ਦਾ। ਯਾਰ ਬਹੁਤ ਸਾਰੇ ਭਾਈ ਸਜਾਦ ਭਾਈ ਨੂੰ ਹੁਣ ਜਾਣਦੇ ਆ, ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਮਾਸ਼ਾਅੱਲਾ ਬਹੁਤ ਪੁਖਤਾ ਵਾ, ਮੈਂ ਇਹਨਾਂ ਨੂੰ ਸਹੀ ਫਨਕਾਰ ਦਿਲੋਂ ਮੰਨਦਾ। ਤਾਲੀਆਂ ਇਹਨਾਂ ਦੀ ਫਨਕਾਰੀ ਦੇ ਮੁਤਾਬਕ ਹੋਣੀਆਂ ਚਾਹੀਦੀਆਂ। ਕਿਸੇ ਬੰਦੇ ਦੀ ਐਸੇ ਤੁਸੀਂ ਨੈਸ਼ ਸਾਰੇ ਕਿਸੇ ਦੀ ਜੇ ਜੇ ਗੱਲ ਨਹੀਂ ਆਈ ਉਦੋਂ ਦੀ। ਹੁਣ ਮੈਂ ਮਤਲਬ ਚੁੰਮ ਵੀ ਨਹੀਂ ਸਕਦਾ, ਮੂੰਹ ਵੀ ਨਹੀਂ। ਕਲੈਪ ਤੁਹਾਡੇ ਐਸੇ ਮੈਂ ਪਹਿਲੇ ਕਰਾ ਦਿੱਤੀ ਸੀ, ਬਹੁਤ ਸ਼ੁਕਰੀਆ, ਉਹ ਹੀ ਤੁਸੀਂ ਹੁਣ ਗਿਣ ਲਓ। ਚਲੋ ਠੀਕ ਹੈ, ਬਹੁਤ ਸ਼ੁਕਰੀਆ ਸਰ। ਯਾਰ ਇੱਥੇ ਇੱਕ ਬੰਦਾ ਹੈ ਜਿਹੜਾ ਅਸਲ 'ਚ ਨਾਜ਼ਰੀਨ, ਮੈਂ ਇੱਥੇ ਸਾਰੇ ਉਹ ਬੰਦੇ ਬੁਲਾਏ ਨੇ ਜਿਹੜੇ ਮੇਰੇ ਸ਼ੋਆਂ ਦੇ ਵਿੱਚ ਪਹਿਲੇ ਆ ਚੁੱਕੇ ਨੇ ਔਰ ਬੜੀ ਬੜੀ ਅੱਛੀ ਕਾਰਗਰਦਗੀ ਜਿਹੜੀ ਬੜੀ ਅੱਛੀ ਉਹਨਾਂ ਨੇ ਗੱਲਾਂ ਕੀਤੀਆਂ, ਉਹ ਸਾਰੇ ਮੈਂ ਇੱਥੇ ਬੁਲਾਏ ਨੇ, ਜਿੱਦਾਂ ਕਿ ਮੁੰਨਾ ਆ ਗਿਆ, ਫਿਰ ਇੱਕ ਹੋਰ ਭੈਣ ਨੇ, ਉਹ ਕੀ ਨਾਂ ਸੀ ਉਹਨਾਂ ਦਾ, ਉਹ ਮਿੱਠਾ ਪੁਰੀਆ ਸ਼ੋਅ ਕੀਤਾ ਸੀ, ਕੀ ਨਾਂ ਸੀ? ਮਿੱਠਾ ਪੁਰੀਆ, ਸਾਜਦ ਮਿੱਠਾ ਪੁਰੀਆ, ਇੱਧਰ ਆ ਮਿੱਠਾ ਪੁਰੀਆ। ਓਏ ਮਾਸ਼ਾਅੱਲਾ, ਇੱਧਰ ਮਾਸ਼ਾਅੱਲਾ ਮਾਸ਼ਾਅੱਲਾ। ਉਹ ਤੁਹਾਡਾ ਕਿੱਥੇ ਆ ਜੀ ਦਾ ਬੜਾ ਨਾ? ਮੁੰਨੇ 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 ਆ ਮੁੰਨੇ ਆ, ਭੈਣ ਨੂੰ ਪਛਾਣਦਾ? ਇਹ ਲਾਸ਼ ਆ। ਹਾਂਜੀ ਇਹ ਮੁੰਨਾ ਵਾ। ਹਾਂਜੀ ਦਾ ਦੀ ਕਸਮ, ਤੁਸੀਂ ਕਿਸੇ ਹੋਰ ਨੂੰ ਕਿਹਾ ਨਾ ਮੁੰਨਾ, ਉਹਨੇ ਇਹੀ ਕਹਿਣਾ ਦੋਰੂ ਫਿਟੇ ਮੂੰਹ। ਇੱਕ ਹੱਥ ਨਾਲ ਦੁਆ ਮੰਗੀ ਜਾ ਰਿਹਾ, ਮੈਂ ਕਿਹਾ ਇਹ ਕਹਿੰਦਾ ਥੋੜੀ ਮੰਗ ਲਓ, ਸੁਥਰੀ ਮੰਗ ਲਓ। ਅੱਜ ਦੀ ਸਭ ਤੋਂ ਵੱਡੀ ਗੱਲ, ਇਹ ਕਹਿੰਦਾ ਥੋੜੀ ਮੰਗ ਲਓ, ਸੁਥਰੀ ਮੰਗ ਲਓ। ਵਾਹ 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 ਵਾਹ, ਇਹ ਹੁਣ ਉਧਰੋਂ ਬਣਾ ਕੇ ਲਿਆਇਆ ਕਿ ਸੁਣ ਕੇ ਇੱਕ ਤੋਂ, ਅੱਲਾ ਨੇ ਬਸ ਕਰਮ ਕਰਤਾ। ਹਾਂਜੀ ਇਹ ਤੇ ਇਹਦਾ ਭਰਾ ਜੰਗਲ 'ਚ ਜਾਣ ਰਿਹਾ, ਅੱਗੋਂ ਸ਼ੇਰ ਆ ਗਿਆ, ਉਹਨੂੰ ਮਾਰੇ ਨਹੀਂ ਡਿਆ, ਦੂਰ ਖੋਲ ਤੱਕ ਕਹੀ ਜਾਣ ਡਿਆ, ਗੋ ਨਵਾਜ਼ ਗੋ ਗੋ ਨਵਾਜ਼ ਗੋ। ਇਹ ਡਾਕਟਰ ਕੋਲ ਦਰਦ ਦੀ ਗੋਲੀ ਲੈਣ ਗਿਆ, ਡਾਕਟਰ ਨੇ ਗੋਲੀ ਲੈ ਕੇ ਦਿੱਤੀ, ਡਾਕਟਰ ਕਹਿੰਦਾ ਕਿਸੇ ਵੀ ਸਟੋਰ ਤੋਂ ਲੈ ਲਓ, ਅਤੇ ਮੋਬਾਈਲ 'ਤੇ ਪਲੇ ਸਟੋਰ ਖੋਲ ਕੇ ਬੈਠਾ ਰਿਹਾ। ਪਲੇ ਸਟੋਰ
ਪਲੇ ਸਟੋਰ ਤੋਂ ਗਲਾਸ ਚ ਮੰਗਣ ਬਾਅਦ ਕਹਿੰਦਾ ਪਹਿਲੀ ਡਿਸਪਲਿਨ ਆ ਜਿਹੜੀ ਉੱਤੇ ਨੂੰ ਨਹੀਂ ਆ ਰਹੀ ਇਹਦਾ ਬੜਾ ਜੰਗ ਚ ਜੰਗ ਤੇ ਗਿਆ ਅਫਸਰ ਸੀਗਾ ਜੰਗ ਲੱਗੀ ਤੇ ਅਫਸਰ ਨੇ ਪੁੱਛਿਆ ਕੀ ਪੋਜੀਸ਼ਨ ਆ ਕਹਿੰਦਾ ਜੀ 20 ਦੇ 4 ਆਊਟ ਆ ਇਹਦਾ ਖੁਦਾ ਦੀ ਕਸਮ ਤੁਸੀਂ ਗੌਰ ਨਾਲ ਮੂੰਹ ਦੇਖੋ ਲੱਗਦਾ ਵਾਸ਼ਰੂਮ ਚ ਬਦੂਕ ਟੰਗੀ ਆ ਇਹਨੇ ਰੋਜ਼ਿਆਂ ਸ਼ਿਕੰਜੀ ਵੀ ਲਾ ਲਈ ਤੇ ਉਧਰ ਪੁਲਿਸ ਦਾ ਛਾਪਾ ਪੈ ਗਿਆ ਅੱਡਾ ਨਹੀਂ ਚੁੱਕ ਰਿਹਾ ਉਹਨਾਂ ਦੇ ਸਾਹਮਣੇ ਤਰੌਂਕਣ ਲੱਗ ਗਿਆ ਇਹਦੇ ਨਾਲ ਦੇ ਘਰ ਦੇ ਆਣੇ ਲਵਾਇਆ ਜੈਜ਼ ਦਾ ਟਾਵਰ ਇਹਦੇ ਘਰ ਪਰਛਾਵਾਂ ਪੈਂਦਾ ਸੀ ਪਰਛਾਵੇਂ ਦਾ ਕਿਰਾਇਆ ਲੈਣ ਚਲਾ ਗਿਆ ਵਾਹ 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 20 ਰੁਪਏ ਦੀ ਬਰਫ਼ ਲੈਣ ਗਿਆ ਤੇ ਮਾਈ ਦੀ ਝੁੱਗੀ ਦੇ ਲਿਸ਼ਕੇ 'ਚ ਪੈ ਗਿਆ ਮੈਂ ਕਿਹਾ ਇਹ ਕੀ ਕਹਿੰਦਾ ਉੱਥੇ ਬਹੁਤੀ ਦਿੰਦੇ ਆ ਭਾਈ ਦੇ ਛੋਟੇ ਭਰਾ ਨੂੰ ਛਾਟ ਪਈ ਤੇ ਮਾੜੀ ਜੀ ਛਾਟ ਪਈ ਉਹਨੂੰ ਰੇਤਾ 'ਚ ਦੱਬ ਕੇ ਮਾਰਤਾ ਓਏ ਜ਼ਬਾਨ ਸਿੱਧੀ ਗੱਲ ਲਾ ਤਾਂ ਗੂੰਗੇ ਤਾਂ ਚਾਰ ਉੜੀਆ ਇਹ ਨਾ ਚਲਾ ਗਿਆ ਵੱਡੀ ਇੱਥੇ ਵਿਹੜਾ ਲੈਣ ਕਹਿੰਦਾ ਜੀ ਵਿਹੜਾ ਕਿੰਨੇ ਦਾ ਕਹਿੰਦਾ 12 ਲੱਖ ਦਾ ਕਿਉਂ ਕਹਿੰਦਾ ਮੀਤਾ ਬੱਚ ਨੇ ਪਾਲਿਆ ਆ ਭਾਈ ਨੂੰ ਵੀ ਮੈਂ ਕਿਹਾ ਤੂੰ ਕੁਰਬਾਨੀ ਨਹੀਂ ਦੇਣੀ ਕਹਿੰਦਾ ਦੇਣੀ ਆ ਮੈਂ ਕਿਹਾ ਕਾਹਦੀ ਕਹਿੰਦਾ ਬੱਕਰਾ ਮੈਂ ਕਿਹਾ ਉਹਨੂੰ ਬਾਹਰ ਕੱਢ ਲੋਕਾਂ ਨੂੰ ਪਤਾ ਚੱਲੇ ਕਹਿੰਦਾ ਅੰਦਰ ਬੰਨਿਆ ਮੈਂ ਕਿਹਾ ਕਿਉਂ ਕਹਿੰਦਾ ਯਾਰ ਉਹ ਸਾਡਾ ਨਹੀਂ ਅੱਛਾ ਮੈਂ ਨਾ ਮੇਰੀ ਗੱਲ ਸੁਣੋ ਐਡੀ ਲੰਮੀ ਗੱਲ ਕੀਤੀ ਮੈਂ ਕਿਹਾ ਕੋਈ ਕੱਖ ਨਹੀਂ ਹੋਣੀ ਹਨਾ ਇਹਦੇ ਨਾਲ ਇੱਕ ਭਰਾ ਦੀ ਆ ਬਾਹ ਹੈ ਨਹੀਂ ਸੀਗੀ ਉਹ ਖੁਦਾ ਦੀ ਕਰਨੀ ਉਹਨੂੰ ਸਵੇਰੇ ਸਵੇਰੇ ਗੁੱਡੀ ਲੋਟਰੀ ਸਾਰੀ ਦਿਹਾੜੀ ਹਾਂਜੀ ਖਲੋਤਾ ਰਿਹਾ ਲਾਉਣੀ ਕਿਹਦੇ ਨਾਲ ਭਾਵੇਂ ਤੁਸੀਂ ਅੱਗੇ ਹੋ ਗਏ ਹੁਣ ਕਿਸੇ ਹੋਰ ਨੂੰ ਮੌਕਾ ਦਿਓ ਹੋਰ ਕੌਣ ਹੈ ਇੱਥੇ ਆ ਭਾਵੇਂ ਨੂੰ ਲਿਆਓ ਤਾਂ ਤੇਰਾ 18 ਕਿਸ ਤਰ੍ਹਾਂ ਗੁਜ਼ਰਿਆ ਥੋੜ੍ਹੀ ਜਿਹੀ ਇਸ ਮੌਜੂ 'ਤੇ ਗੱਲ ਕਰ ਲਈਏ ਹਾਂਜੀ ਮੇਰਾ 18 ਬਹੁਤ ਅੱਛਾ ਮਾਸ਼ਾਅੱਲਾ ਗੁਜ਼ਰਿਆ 19 ਉਸ ਤੋਂ ਵੀ ਅੱਛਾ ਗੁਜ਼ਰੇਗਾ ਉਹ ਜਦੋਂ ਕਮਾਉਣਾ ਹੀ ਨਹੀਂ ਕਿਸੇ ਦੇ ਪੱਲਿਓਂ ਖਾਈ ਜਾਣਾ ਜਿੱਥੋਂ ਚੀਜ਼ ਲੱਭੀ ਖਾ ਲਈ ਘਰੋਂ ਕੋਈ ਚੀਜ਼ ਚੁੱਕ ਕੇ ਵੇਚ ਕੇ ਸਾਰ ਲਿਆ ਤੇ ਤੈਨੂੰ ਕੀ ਟੈਨਸ਼ਨ ਹੈ 18 ਹੋਵੇ 19 ਹੋਵੇ ਮੇਰਾ ਦੱਸੋ ਮੇਰਾ ਅੰਦਾਜ਼ੇ ਨਾਲ ਰੋਜ਼ਾ ਖੋਲਿਆ ਹੁੰਦਾ ਅੰਦਾਜ਼ੇ ਨਾਲ ਬਾਂਦਰ ਦਾ ਹੈਂਡਲ ਲਾਕ ਹੁੰਦਾ ਲੇਕਿਨ ਉਹਨੂੰ ਲੱਗਾ ਨੀ ਉਹ ਪਹਿਲੇ ਉੱਥੋਂ ਸੀ ਉਧਰ ਉਧਰ ਫਿਰੀ ਜਾ ਰਿਹਾ ਉਹ ਪਰ ਉਹ ਲਓ ਜੀ ਮੈਨੂੰ ਜੁਗਤਾਂ ਮਾਰਨੀਆਂ ਨੇ ਇੱਕ ਤੂੰ ਮਾਰਨੀ ਇੱਕ ਤੂੰ ਮਾਰਨੀ ਮੈਨੂੰ ਗੱਲ ਕਰਨੀ ਓਕੇ ਚਲੋ ਬਿਸਮਿਲਾ ਇਹ ਦਰਜੀ ਦੀ ਦੁਕਾਨ ਤੇ ਲਓ ਜੀ ਇਹਨਾਂ ਦੋਵਾਂ ਚੋਂ ਜਿਹੜਾ ਅੱਛੀ ਐਂਡ ਤੇ ਜਦੋਂ ਮੈਂ ਕਹਾਂਗਾ ਹਾਂਜੀ ਫਾਈਨਲ ਜਿਹੜਾ ਅੱਛਾ ਹੋਏਗਾ ਨਾ ਉਹਨੂੰ ਮੈਂ ਇੱਕ ਪਰਾਠਾ ਇੱਕ ਚਾਏ ਮੇਰੇ ਵੱਲੋਂ ਨੂੰ ਇੱਕ ਪਰਾਠਾ ਇੱਕ ਚਾਏ ਬੇਟੇ ਸਾਦਾ ਪਰਾਠਾ 20 ਰੁਪਏ ਵਾਲਾ ਇੱਥੇ ਵਾਲਾ ਨਹੀਂ ਉੱਥੋਂ ਚਰੋੜ ਬਾਜ਼ਾਰੋਂ ਸਾਦਾ ਹੀ ਹੁੰਦਾ ਪਰਾਠਾ ਕੀ ਦੇਖਿਆ ਕਢਾਈ ਵਾਲਾ ਨਹੀਂ ਪ੍ਰਿੰਟ ਪਰਾਠੇ ਵੀ ਹੁੰਦੇ ਇਹਨਾਂ ਕੋਲ ਜਿਹੜੇ ਹੁੰਦੇ ਨੇ ਉਹ ਪ੍ਰਿੰਟ ਹੁੰਦੇ ਨੇ ਚਲੋ ਭਾਈ ਇੱਕ ਤੁਸੀਂ ਗੱਲ ਕਰਨੀ ਇੱਕ ਤੁਸੀਂ ਗੱਲ ਕਰਨੀ ਠੀਕ ਆ ਗੱਲ ਕਰਨੀ ਹੈ ਅੱਜ ਮੇਰੇ ਨਾਲ ਅਸਾਂ ਦੋਵਾਂ ਨੇ ਅੱਜ ਗੱਲ ਕਰਨੀ ਚਲੋ ਹਾਂਜੀ ਮੈਂ ਦੱਸੋ ਕੀ ਕਿੱਦਾਂ ਕਿੱਥੇ ਗਿਆ ਕੀ ਕੀਤਾ ਸਜਾਦ ਭਾਈ ਦਰਜੀ ਦੀ ਦੁਕਾਨ ਤੇ ਗਏ ਜਾ ਅੱਛਾ ਤੂੰ ਐਡਾ ਕਲੀਅਰ ਨਾ ਕਰ ਤੂੰ ਐਡਾ ਕਹਿ ਆ ਦਰਜੀ ਹਾਂ ਐਡਾ ਸਜਾਦ ਭਾਈ ਐ ਦਰਜੀ ਦੀ ਦੁਕਾਨ ਤੇ ਗਿਆ ਜਾ ਕਹਿੰਦਾ ਯਾਰ ਕਫਨ ਸਵਾਉਣਾ ਉਹਨੇ ਕੱਪੜਾ ਦੇਖਿਆ ਕਹਿੰਦਾ ਭੈਣ ਤੁਹਾਡਾ ਕੱਪੜਾ ਜ਼ਿਆਦਾ ਵਾ ਕਹਿੰਦਾ ਬਾਕੀ ਛੋਟੇ ਭਾਈ ਦਾ ਬਣਾ ਦਿਓ ਮਰਿਓ ਮੇਰੇ ਤੋਂ ਵੀ ਵੱਡੇ ਆ ਹਾਂਜੀ ਹਾਂਜੀ ਹੋਰ ਉਧਰੋ ਹਾਂਜੀ ਉਧਰੋ ਹਾਂਜੀ ਉਧਰੋ ਐ ਫੁਹਾਰਾ ਚੌਂਕ ਇਹਨੇ ਇੱਕ ਬਾਬੇ ਨੂੰ ਪੁੱਛਿਆ ਬਾਬਾ ਜੀ ਫੁਹਾਰਾ ਚੌਂਕ ਜਾਣਾ ਉਹਨੇ ਫੁਹਾਰਾ ਕੱਢ ਕੇ ਫੜਾਤਾ ਕਹਿੰਦਾ ਐ ਲੈ ਫੁਹਾਰਾ ਚੌਂਕ ਆ ਬਲਾ ਬਲਾ ਭਾਈ ਸਜਾਦ ਨੇ ਨਾ ਇੱਕ ਸਮੋਸਾ ਲਿਆ ਉਹਨੇ ਇੰਨੀ ਚਟਣੀ ਪਾਤੀ ਕਹਿੰਦਾ ਮੈਂ ਨਾ ਵਜ਼ੂ ਕਰਨਾ ਇੱਕ ਜਗ੍ਹਾ ਬਰਗਰ ਖਾਣ ਡਿਆ ਨਾਲ ਉਹਨਾਂ ਨੇ ਕੈਚਅਪ ਦੇ ਦਿੱਤੀ ਕਹਿੰਦੇ ਓਏ 9 ਦੇ ਨਾਲ ਲਾ ਲਈ ਵਾਜਾ ਵਜਾਉਂਦਾ ਸੀ ਅੱਖ ਤੋਰਨਾ ਸੀ ਵੇਲਾਂ ਫੜਦੇ ਫੜਦੇ ਘੋੜੇ ਦੇ ਕੰਨ ਹੱਥ ਜਾ ਗਿਆ ਕਹਿੰਦਾ ਹਜ਼ਾਰ ਵਾਲਾ ਦੇਖੋ ਇਹ ਕਰੈਕਟਰ ਨੂੰ ਜਾਣਦੇ ਮਾਸ਼ਾਅੱਲਾ ਤੁਸੀਂ ਦੋਵੇਂ ਹੁਣ ਇੱਧਰ ਆ ਜਾਓ ਲਓ ਜੀ ਇਹ ਉਹ ਆਰਟਿਸਟ ਆ ਜਿਹਦੇ ਨਾਲ ਮੈਂ ਇੱਕ ਸ਼ੋਅ ਕੀਤਾ ਸੀ ਤੇ ਗਲੇ 'ਚ ਹਾਰ ਪਾ ਕੇ ਵੋਟ ਲੈਣ ਗਏ ਸਾ ਯਾਦ ਹੋਵੇ ਸ਼ਾਇਦ ਤੁਹਾਨੂੰ ਮਾਸ਼ਾਅੱਲਾ ਤੌਬਾ ਇੱਧਰ ਤਾਂ ਦੇਖੋ ਬਹੁਤ ਅੱਛਾ ਮਾਸ਼ਾਅੱਲਾ
क्या बात है, लोगों ने जेब च कंगा रखा होता ने टाकी रखी। गोके तुसी को गल करोगे? सड़क तो आंडे चुक रहा, मैं क्या इन्हें चुक सदके दे, कहना आमलेट बना लिए तो सदका नहीं देंदा। आमलेट इन्हें एक बंदे ने फोन किया कितने आ, कहना मैं सामने खड़ा, कहना मैनू तो नहीं नजर आउंदे। अच्छा अच्छा, ओ मर, मैं क्या एक ही गल हुई, प्यो की कबर च नींबू सुटन दिया, मैं कहना बाई शिकंजवी पसंद से, मैं पकाया चीजा कितों पाऊगा, कहना चेजब तो लै लेंगे। चेजब तो लै लेंगे। चेजब की हुंदा? चेजब ओ मरे चुम्मी ला ली मेरी परे। इन्हें मैं फोन किया, मैं कितने आ, कहना इशारे ते, मैं देखा तो छत ते सी। यार बरीक एडिया बरीक गल, एडिया एडिया बरीक गल ना कर, नहीं नहीं बरीक मुन्ने हां कख नहीं। गटर च डिग पिया, मैं कह हाथ फड़ा, कहना मैंने शैंपू फड़ा। ओए मेरे, ओए बस कर दे भाई। हाँ जी गौर ना वेखो, इंज लगता खुरे च मलंग बने। ओए नहीं, खोल अपना मलंग, खोल तो वापस लैके जा। हाँ जी मुन्ना जी, इन्हें कब्रस्तान च ना वाजे दुकान पा ली सामने, मैं क्या सुना कि कम, कहते डेरी दे छे सात जनाजे कर ले दे। ए भी वाजा बजाउंदा? एक मिनट। हाँ जी ए भी वाजा बजाउंदा? 12 का ध्यान रखी यार। ओहो मेरा भी ध्यान रखो। इन्हें जेड़ा इत्थे गार्ड नहीं ओद को मार खा ले, उन्होंने कहते भाई पंप हुआ, कहना हाँ, कहते मेरे पैर तो आई। चल खैर, लेकिन कोई वलगर नहीं करनी। इन्हें मैं पूछा, मैं काम का सुना, कहता मैं गार्ड हूं, गार्ड लग गया वा, बाद च पता चलिया मुंडे ना जाता सी मैच खेल। नहीं नहीं अच्छी गल यार, तू बरीक गल ना कर, लाहौर ढोलकी बजा रहे ते जो बंब धमाके, मैं सुना कम शम, कहते नहीं अजकल बंब शम। ओए यार इतने एक भैन सी, आप भैन रहे हो? अस्सलाम वालेकुम सर, की नाम तुहाडा? सलमान। सलमान माशाल्लाह सर, गल ये है तुसी की मुनासब समझो, दस दो तुसी की जे एज ए बरादरी की जे? राई राई माशाल्लाह। अच्छा इतने कोई मलका, कोई राई है, कोई शेख है, सारे ने, लेकिन देख लो की माहौल बनया पे, इंजॉय हो रहा है? ठीक है, ज्यादा इंजॉय करवाना सानू तो इंजॉय करना ठीक हो गया। मियां साहब हाँ जी हाँ जी, भाई जी मुनाओ ना मेरा, तुम भी इधर इन बुलाओ भाई, आ बंदा जरा इधर यार आया उरे, ओदा तेरे ते हाथ खुला रहे जा। बिस्मिल्ला जी। ओए ओए तक क्लैप कर दो, क्लैप कर दो, अपना पट्ठे बने होंगे गल। ओ यार हाँ जी, साइड भले पाए होंगे, हाथ खड़ी तो फरोदा लवाया होंगे। वाह वाह हाँ जी, नलके नहर भरी होंगी। मर गए भाई नैन। हाँ जी कोई टीके ना कह दे, टीके ना पौधे पानी दिता होंगे, तंदूर वाली सी ना जेब कट्टी होंगी। ओ मरो। हाँ जी बुरज खरीफा तले धुआने लाए होंगे। मैं कहना तेरी है, मेरी फिक्की नहीं हो सकती। चल बैंक च दीवे बाले होंगे, 1122 ते बरात आई होंगी। अच्छा ओ मारो, आप ही गल करके पता करना, देखो जरा पहला कहता ना 1122 ते बरात आई होंगी। हूं जो जुगत मारे ना कोई ना सेह की आवाज सुनना कले की। चल आवाम माशाला समझदार इन्नी हो गई है, उन्होंने हसाना पैंता, मुश्किल बहुत आसान, माड़ी जी गल वेल कहते फिक्की ये ऐसी चूल्हे सीडी रूम लगा हुंदा करिए। चल मशूक नू खराब तो चूड़िया पाई। हाँ 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 गुड गुड। हाँ जी ओ भाई हाँ जी
ਸਾਰੀ ਗੱਲ ਹੀ ਜ਼ਿੰਮੇਵਾਰੀ ਮੇਰੇ ਤੇ ਉਹ ਕੈਸਾ ਯਾਰ ਅੱਛਾ ਇਹਨੇ ਤੈਨੂੰ ਇਸੇ ਤਾਂ ਬੁਲਾਇਆ ਸੀ ਓਏ 12 ਓਏ ਯਾਰ ਮੇਰੀ ਗੱਲ ਸੁਣੋ ਭਾਈ ਸਜਾਦ ਗੱਲ ਇਹ ਆ ਵੀ ਸਿਰਫ ਸਪੈਸ਼ਲ ਤੁਹਾਨੂੰ ਵੇਖਣ ਆਏ ਆ ਘਰ ਸੁੱਤਾ ਸੀਗਾ ਮੈਂ ਮੁੰਡਾ ਆਇਆ ਕਹਿੰਦਾ ਸਜਾਦ ਭਾਈ ਆਏ ਆ ਤੇ ਸਿਰਫ ਤੁਹਾਨੂੰ ਮਿਲਣ ਆਏ ਸਰ ਬਹੁਤ ਸ਼ੁਕਰੀਆ ਮੈਂ ਗੱਲ ਦੱਸ ਦਵਾਂ ਲੋਕੀ ਕਹਿੰਦੇ ਨੇ ਪਤਾ ਨਹੀਂ ਮੈਂ ਕੀ ਕਰਦਾ ਮੈਂ ਕੱਖ ਨਹੀਂ ਕਰਦਾ ਮੈਂ ਸਿਰਫ ਇਕੱਠੇ ਕਰਕੇ ਨਾ ਲੋਕਾਂ ਨੂੰ ਜਿਹੜਾ ਸਾਡਾ ਇੰਨਾ ਖਿਲ ਰਿਹਾ ਫੈਸਲਾਬਾਦ ਦਾ ਟੈਲੈਂਟ ਹੈ ਨਾ ਮੈਂ ਇਕੱਠਾ ਕਰਕੇ ਲੋਕਾਂ ਨੂੰ ਦੱਸਣਾ ਕਿ ਸਾਡੇ ਫੈਸਲਾਬਾਦ ਦਾ ਟੈਲੈਂਟ ਇੱਕ ਵਾਰੀ ਸਾਰੇ ਭਰਾ ਭਾਈ ਸਜਾਦ ਵਾਸਤੇ ਕਲੈਪਿੰਗ ਕਰ ਦਿਓ ਪਲੀਜ਼ ਸਾਰੇ ਭਰਾ ਸਾਡੇ ਫੈਸਲਾਬਾਦ ਦੀ ਸ਼ਾਨ ਆ ਵਿਸਾਖੀ ਵਾਲਾ ਟਾਰਜ਼ਨ ਹੁੰਦਾ ਨਹੀਂ ਉਹ ਮੇਰੀ ਜੁਗਤ ਸੀ ਪੁਰਾਣੀ ਜੁਗਤ ਇੱਕੋ ਦਰਖਤ ਦਾ ਟਾਰਜ਼ਨ ਹੁੰਦਾ ਉੱਥੇ ਉੱਤੇ ਚਲਾ ਗਿਆ ਉੱਥੇ ਥੱਲੇ ਆ ਗਿਆ ਉੱਥੇ ਚਲਾ ਗਿਆ ਉੱਥੇ ਥੱਲੇ ਆ ਗਿਆ ਜੰਗਲ ਦਾ ਜ਼ਗੂਟਾ ਹੁੰਦਾ ਜੰਗਲ ਦਾ ਜ਼ਗੂਟਾ ਓਹ ਅੱਛਾ ਹਾਂਜੀ ਹਾਂਜੀ ਬਾਜੀ ਬਹੁਤ ਸ਼ੁਕਰੀਆ ਸਰ ਬਾਈ ਬਹੁਤ ਸ਼ੁਕਰੀਆ ਆਖਰੀ ਗੱਲ ਯਾਦਗਾਰ ਨਾ ਕੰਜੂ ਮੈਲ ਕੱਢੀ ਹੁੰਦੀ ਮੇਰੀਆਂ ਜੁਗਤਾਂ ਨੇ ਮਰੇ ਕਸਟਰਡ ਜੀ ਪੰਜੇ ਪਾਏ ਹੁੰਦੇ ਕਸਟਰਡ ਜੀ ਸਰ ਬਹੁਤ ਸ਼ੁਕਰੀਆ ਲੇ ਜੀ ਨਾਜ਼ਰੀਨ ਯੇ ਫੈਸਲਾਬਾਦ ਔਰ ਸਪੈਸ਼ਲ ਸ਼ੋਅ ਹੈ ਫੈਸਲਾਬਾਦ ਕਾ ਹਰ ਉਹ ਬੰਦਾ ਯਹਾਂ ਪੇ ਆਇਆ ਜੋ ਮੇਰੇ ਸ਼ੋਅ ਮੇ ਜਿਸਨੇ ਅੱਛੀ ਕਾਰਗਰਦਗੀ ਦਿਖਾਈ ਔਰ ਆਪਨੇ ਸੁਣਾ ਔਰ ਯੇ ਇੰਜੋਏ ਕੀਆ ਸਭ ਨੇ ਔਰ ਇਸੀ ਤਰ੍ਹਾਂ ਹੱਸਦੇ ਰਹੇ ਮੁਸਕੁਰਾਤੇ ਰਹੇ ਖੁਸ਼ ਰਹੇ ਆਪਕੋ ਨਿਆ ਸਾਲ ਬਹੁਤ ਬਹੁਤ ਮੁਬਾਰਕ ਸਭ ਕੋ 2019 ਦਾ ਪਹਿਲਾ ਤਕਾ ਅਰੇ ਓ ਯਾਰ 2019 ਆਪਕੇ ਲਈ ਬਹੁਤ ਲੱਕੀ ਆਪ ਬੈਸਟ ਵਿਸ਼ਿਜ਼ ਆਪ ਸਭ ਕੇ ਲਈ ਨਾਜ਼ਰੀਨ ਔਰ ਅੱਲਾ ਮੈਂ ਦੁਆ ਕਰਦਾ ਅੱਲਾ ਬੇ ਲੈਆਂ ਨੂੰ ਲੈਚ ਕਰੇ ਅੱਲਾ ਬੇ ਸੁਰਿਆਂ ਨੂੰ ਸੁਰਤੀ ਸਮਝ ਦੇਵੇ ਅੱਲਾ ਤਾਈਆਂ ਨੂੰ ਅਕਲ ਦੇਵੇ ਕੂੜਾ ਨੂੰ ਅੱਲਾ ਮਤਲਬ ਬਰੀਕ ਕਰੇ ਮੈਂ ਤਾਂ ਇੱਦਾਂ ਦੀਆਂ ਦੁਆਵਾਂ ਪਾਉਣ ਦੇ ਸਕਦਾ ਲਓ ਯਾਰ ਮੇਰੀ ਗੱਲ ਸੁਣੋ ਆਪਾਂ ਸਾਰੇ ਇਕੱਠੇ ਹੋਏ ਇੱਕ ਮਿੰਟ ਲਓ ਜੀ 2019 'ਚ ਦੁਆ ਕਰੋ ਨਵੇਂ ਸਾਲ ਦੇ ਸਦਕੇ ਜਿਹੜੇ ਜਿਹੜੇ ਬਿਮਾਰ ਨੇ ਅੱਲਾ ਪਾਕ ਉਹਨਾਂ ਨੂੰ ਸ਼ਿਫਾ ਦੇਵੇ ਜਿਹੜੇ ਜਿਹੜੇ ਬੇਰੋਜ਼ਗਾਰ ਨੇ ਅੱਲਾ ਪਾਕ ਉਹਨਾਂ ਦਾ ਕਾਰੋਬਾਰ ਠੀਕ ਕਰੇ ਜਿਹੜੇ ਜਿਹੜੇ ਫਿੱਕੇ ਨੇ ਅੱਲਾ ਪਾਕ ਉਹਨਾਂ ਨੂੰ ਮਿੱਠਾ ਕਰੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ